जी प्रोग्राम शमादान दे विच तुहाडा स्वागत है। इस वक्त तुसी रेडियो पंजाब टुडे दे बठिंडा स्टूडियो तो साडे नाल लाइव जुड़े हुए हो। खबरां दा सिलसिला जिवें आपां शुरू हुंदा सारा, सो इस तों पहलां कि आपां हर जिले की खबर तो लईए, मेरे नाल जलंधर तो हरजीत भास्कर जी जुड़ गए ने। उन्हां नाल चर्चा करन तो पहलां दस दईए कि अज दा इह प्रोग्राम तुहाडे तक पहुँचाया वाशिंगटन फ्रेट सर्विसिज सैटल ने। ये तुहानू डेली होम जिहड़ा तुसीं आपदा जा सकदे हो, होम डेली जा सकदे हो कम करके घर वापस। इन्हां नू ओनर ऑपरेटर ते ड्राइवर चाहिए ने। तुहाडी सहूलत दे लई डिस्पैच पंजाबी ते इंग्लिश च कीता जांदा। गुरविंदर धालीवाल होरां दे नाल संपर्क कर लो जी, 206-354-4060 206-354-4060। J&H एक्सप्रेस सैटल, इन्हां नू भी ओनर ऑपरेटर ते ड्राइवर चाहिए ने। सैटल एरिए दे विच तुहानू लोकल जॉब देंदे ने, बहुत अच्छे बेनीफिट्स भी देंदे ने। 206-550-0088 206-550-0088। जेकर तुहानू किसी फोन नंबर नहीं समझ आता तो तुसीं सानू उस ऐड का नाँ लिख के जां संबंधित ऐड के नाँ लिख के तुसीं सानू 9914-10-666 ते वट्सअप कर सकते हो। असीं तुहानू सारे मैसेज नंबर भेज देंगे। मेरे नाल भास्कर साहब ने। भास्कर साहब सत श्री अकाल जी। सत श्री अकाल जी। जी भास्कर साहब, गल अपने देहात देखो चीज़ की है कि साढ़े लिए बहुत बड़ा एक जिहड़ा रूरल डिवेलपमेंट है, पेंडू इलाका साडा देहाती इलाका है, ये केंद्र तो भी बड़े बिल आउंदे ने। आपां कई बार चर्चा करते हैं कि देखो जी लुधियाणे दे नाल एक विधानसभा हलका पैंदा दाखा, ये किस ढंग के नाल देखो पिंडां दे विच स्टेडियम बने, होर बने, पिंडां दी नुहार बदल गई, जिथे कितें कई चंगे बंदे ने शहरां वर्गा बना दिंदे। अजकल तां रवाज ही चल पिया कि पिंडां दे विच पार्क छप्पड़ां दीआं तब्दीलियां बड़ा कुछ हुंदा, पर ये केंद्र तो बड़े फंड्स आउंदे ने। हुण की हो गया कि मोदी साहब कितें नाराज़ हो गए ने, की कहानी है कि उन्होंने देहाती विकास फंड जिन्हों RDF कहिंदे आ उन्हों देण तो हथ पछां खिच ले ने। ये कदम कल की जिहड़ा ये आप असल दे विच गल करिए तां पंजाब दे लोकां दी मानसिकता ते, राजनीतिक छड्डो राजनीतिकां ने तां पैसे करने, लोकां दी मानसिकता दे उत्ते की असर पा सकदा? बिल्कुल ठीक कह रहे हो तुसीं कि रूरल डिवेलपमेंट फंड जी ਉਹ ਕੇਂਦਰ ਸਰਕਾਰ ਤੋਂ ਆਉਂਦਾ। ਕੇਂਦਰ ਸਰਕਾਰ ਤੋਂ ਬਹੁਤ ਸਾਰੇ ਏਦਾਂ ਦੇ ਫੰਡ ਹੈ ਜਿਹੜੇ ਵੈਲਫੇਅਰ ਵਾਸਤੇ ਕਿਸੇ ਵੀ ਸੂਬੇ ਨੂੰ, ਯਾਨੀ ਸਾਰੇ ਸੂਬਿਆਂ ਨੂੰ ਹੀ ਮਿਲਦੇ ਨੇ ਜੀ। ਉਦਾਂ ਪੰਜਾਬ ਨੂੰ ਵੀ ਮਿਲਦਾ ਸੀਗਾ, ਲੇਕਿਨ ਪਿਛਲੇ 10 ਸਾਲਾਂ ਤੋਂ ਜਾਂ 15 ਸਾਲਾਂ ਤੋਂ ਕਹੀਏ ਜਿੰਨੇ ਵੀ ਰੂਰਲ ਡਿਵੈਲਪਮੈਂਟ ਫੰਡ ਜਾਂ ਫਿਰ ਤੁਹਾਨੂੰ ਸਕਾਲਰਸ਼ਿਪ ਸਕੀਮਸ ਦੀ ਗੱਲ ਹੋਏ ਤੇ ਤੁਸੀਂ ਦੇਖਿਆ ਹੋਏਗਾ ਕਿ ਫੰਡਸ ਆਉਂਦੇ ਕਿਸ ਵਾਸਤੇ ਨੇ, ਜਾਂਦੇ ਕਿਸ ਵਾਸਤੇ ਨੇ। ਉਹ ਚੀਜ਼ ਸ਼ੁਰੂ ਤੋਂ ਚੱਲ ਰਹੀ ਹੈ, ਇਹ ਨਹੀਂ ਕਿ ਪੰਜਾਬ ਨੇ ਹੀ ਇਹ ਗੱਲ ਕੀਤੀ ਹੈ। ਭਾਵੇਂ ਸੂਬਾ ਸਰਕਾਰ ਹਰਿਆਣੇ ਦੀ ਹੋਏ, ਹਰਿਆਣੇ ਦੇ ਵਿੱਚ ਭਾਜਪਾ ਦੀ ਹੋਏ, ਉੱਥੇ ਵੀ ਇਹੀ ਕੁਝ ਹੁੰਦਾ ਹੈ। ਜਾਂ ਕੋਈ ਵੀ ਸਰਕਾਰ ਇੱਦਾਂ ਦੀ ਨਹੀਂ ਹੈਗੀ ਜਿਹੜੇ ਫੰਡਸ ਨੂੰ ਡਾਈਵਰਟ ਨਾ ਕਰਦੀ ਹੋਏ। ਈਵਨ ਮੋਦੀ ਸਰਕਾਰ ਯਾਨੀ ਕੇਂਦਰ ਦੀ ਸਰਕਾਰ ਵੀ ਫੰਡਸ ਨੂੰ ਡਾਈਵਰਟ ਤੇ ਕਰਦੀ ਹੈ, ਪਰ ਉਹ ਹੁੰਦਾ ਇਲੀਗਲ ਹੈ। ਪਰ ਜੇ ਤੁਹਾਡੀ ਸੂਬੇ ਦੀ ਸਰਕਾਰ ਦੀ ਕੇਂਦਰ ਦੀ ਸਰਕਾਰ ਨਾਲ ਅੱਟੀ ਫੱਟੀ ਹੋਈ, ਜਿੱਦਾਂ ਕਹਿੰਦੇ ਨੇ ਡਬਲ ਇੰਜਨ ਸਰਕਾਰ, ਜਿੱਦਾਂ ਬਿਹਾਰ ਦੇ ਵਿੱਚ ਕਹਿੰਦੇ ਨੇ ਕਿ ਵੀ ਡਬਲ ਇੰਜਨ ਸਰਕਾਰ ਬਣ ਜਾਏਗੀ ਤੇ ਸੂਬੇ ਦਾ ਫਾਇਦਾ ਹੋਏਗਾ, ਉਹ ਇਸ ਕਰਕੇ ਹੁੰਦਾ ਵੀ ਕੇਂਦਰ ਜੱਫੇ ਵਰਗਾ ਫੰਡ ਵੰਡੂਗਾ। ਜੇ ਸੂਬੇ ਦੇ ਵਿੱਚ ਆਪਣੀ ਭਾਈਵਾਲ ਸਰਕਾਰ ਹੋਏਗੀ ਤੇ ਦੋਨੋਂ ਮਿਲ ਜੁਲ ਕੇ ਲੁੱਟਾਂਗੇ, ਲੁੱਟਾਂਗੇ ਉਸ ਤਰੀਕੇ ਲੁੱਟਾਂਗੇ। ਇਸ ਕਰਕੇ ਕਹਿ ਰਿਹਾ ਕਿ ਫੰਡਸ ਦਿੰਦੇ ਨੇ, ਫੰਡ ਜਾਂਦੇ ਕਿੱਥੇ ਨੇ? ਹੁਣ ਤੁਸੀਂ ਗੱਲ ਪੁੱਛੀ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਪੰਜਾਬ ਨੂੰ 1750 ਕਰੋੜ ਰੁਪਏ ਦਾ ਸਾਲਾਨਾ ਮਿਲਦਾ ਸੀ। ਹਾਂ, ਕਹਿੰਦੇ ਦੱਸਿਆ ਜਾਂਦਾ ਕਿ ਇਹ ਫਸਲਾਂ ਜਿਹੜੀਆਂ ਕੇਂਦਰ ਖਰੀਦਦੀ ਆ ਆਪਣੇ ਤੋਂ, ਕਣਕ ਝੋਨਾ ਉਹਦੇ ਚੋਂ ਆਉਂਦਾ, ਕਹਿੰਦੇ ਝੋਨੇ ਤੋਂ 1000 ਕਰੋੜ ਆਉਂਦਾ, ਉਹਦੇ ਚੋਂ ਆਉਂਦਾ ਹੈ। ਔਰ ਕਣਕ ਤੋਂ ਰੂਰਲ, ਉਹਨੂੰ ਰੂਰਲ ਡਿਵੈਲਪਮੈਂਟ ਫੰਡ ਕਿਹਾ ਜਾਂਦਾ ਹੈ ਜੀ। ਇਹ ਭਾਵੇਂ ਅਕਾਲੀਆਂ ਦਾ ਟਾਈਮ ਹੋਏ, ਉਹਦੇ ਵਿੱਚ ਭਾਜਪਾ ਵੀ ਭਾਈਵਾਲ ਸੀਗੀ, ਬਿਲਕੁਲ ਸੀਗੀ। ਇਹੀ ਹੁੰਦਾ ਸੀਗਾ ਕਿ ਜਿਹੜਾ ਰੂਰਲ ਡਿਵੈਲਪਮੈਂਟ ਫੰਡ 1750 ਕਰੋੜ ਦਾ ਆਉਂਦਾ ਸੀਗਾ, ਮੋਰਟਗੇਜ ਰੱਖ ਕੇ ਸੂਬੇ ਦੀ ਸਰਕਾਰਾਂ 4500 ਕਰੋੜ 5000 ਕਰੋੜ ਰੁਪਏ ਦਾ ਲੋਨ ਲੈਂਦੀ ਸੀਗੀ। ਔਰ ਉਹ ਲੋਨ ਲੈ ਕੇ ਉਹ ਜਗ੍ਹਾ ਜਗ੍ਹਾ, ਜਿੱਦਾਂ ਹੁਣ ਕਿਸਾਨਾਂ ਦੇ ਲੋਨ ਮਾਫੀ ਦਾ ਉਹਨਾਂ ਨੇ ਐਲਾਨ ਕੀਤਾ ਸੀਗਾ ਕਾਂਗਰਸ ਨੇ, ਔਰ ਉਸ ਤੋਂ ਬਾਅਦ ਮੋਟਾ ਜਿਹੜਾ ਫੰਡ ਸੀਗਾ ਕਿਸਾਨਾਂ ਦੇ, ਜਿੰਨਾ ਮਾੜਾ ਮੋਟਾ ਲੋਨ ਮਾਫ਼ ਕੀਤਾ, ਉਹ ਸਾਰਾ ਇਹੀ ਸੀਗਾ ਰੂਰਲ ਡਿਵੈਲਪਮੈਂਟ ਫੰਡ ਵਾਲਾ। ਔਰ ਉਸ ਤੋਂ ਇਲਾਵਾ ਜਿਹੜੀ ਮੰਡੀ ਫੀਸ ਹੈ
ਉਹਦਾ ਜ਼ਿਕਰ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਪਹਿਲੇ ਵੀ ਕਰ ਚੁੱਕੇ ਹਾਂ। 4000 ਤੋਂ ਲੈ ਕੇ 5000 ਕਰੋੜ ਰੁਪਏ ਮੰਡੀ ਫੀਸ ਦੁਆਰਾ ਕਲੈਕਟ ਹੁੰਦਾ ਔਰ ਜਿਹਦੇ ਰਾਹੀਂ ਅਸੀਂ ਕਹਿੰਦੇ ਵੀ ਰੂਰਲ ਡਿਵੈਲਪਮੈਂਟ ਹੁੰਦੀ ਹੈ। ਪਰ ਤੁਸੀਂ ਦੇਖੋ ਉਹ ਸਾਡੇ ਐਨੂਅਲ ਬਜਟ ਜਿਹੜਾ ਸੂਬੇ ਦਾ ਹੁੰਦਾ ਉਹਦਾ ਪਾਰਟ ਨਹੀਂ ਹੁੰਦਾ ਔਰ ਉਹ 5000 ਕਰੋੜ 4000 ਕਰੋੜ ਪੰਜਾਬੀ ਚ ਆਪਾਂ ਸਿੱਧੇ ਕਹਿ ਦਈਏ ਕਿ ਬਿਨਾਂ ਲਿਖ ਪੜ੍ਹ ਤੋਂ ਹੀ ਹੁੰਦਾ, ਬਿਨਾਂ ਲਿਖਤ ਪੜ੍ਹਤ ਤੋਂ ਹੁੰਦਾ ਔਰ ਉਹ ਸੂਬੇ ਦੀ ਸਰਕਾਰ ਕਿੱਥੇ ਖਰਚਦੀ ਹੈ ਔਰ ਪ੍ਰਾਈਮ ਮਿਨਿਸਟਰ ਜਿਹੜਾ ਮੁੱਖ ਮੰਤਰੀ ਹੁੰਦਾ ਉਹਦਾ ਪ੍ਰੈਰੋਗੇਟਿਵ ਹੁੰਦਾ ਉਹ ਕਿੱਥੇ ਖਰਚਦਾ ਔਰ ਅਕਸਰ ਉਹ ਰੂਰਲ ਡਿਵੈਲਪਮੈਂਟ ਦੇ ਉੱਤੇ ਘੱਟ ਖਰਚ ਹੁੰਦਾ ਔਰ ਬਾਕੀ ਜਗ੍ਹਾ ਜਿਹੜੀ ਵੈਲਫੇਅਰ ਐਕਟੀਵਿਟੀ ਕਹਿ ਲਓ ਜਾਂ ਕੋਈ ਇੱਥੇ ਵੜਨੇ ਹੋਣ ਉੱਥੇ ਜ਼ਿਆਦਾ ਖਰਚ ਹੁੰਦਾ। ਇਸ ਕਰਕੇ ਐਤਕੀ ਕਿਉਂਕਿ ਤੁਸੀਂ ਦੇਖਿਆ ਹੋਏਗਾ ਕਿ ਸੂਬੇ ਦੇ ਵਿੱਚ ਜਿਸ ਤਰੀਕੇ ਨਾਲ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਔਰ ਉਸ ਕਿਸਾਨਾਂ ਦੇ ਅੰਦੋਲਨ ਨੂੰ ਸੂਬੇ ਦੀ ਸਰਕਾਰ ਦੀ ਪੂਰੀ ਸਪੋਰਟ ਹੈਗੀ ਹੈ ਅਤੇ ਭਾਜਪਾ ਸਰਕਾਰ ਜਿਹੜੀ ਕੇਂਦਰ ਦੀ ਹੈਗੀ ਹੈ ਉਹਨਾਂ ਨੂੰ ਨਾਰਾਜ਼ਗੀ ਹੈ ਕਿ ਅਸੀਂ 3 ਐਕਟ ਪਾਸ ਕੀਤੇ ਪਾਰਲੀਮੈਂਟ ਦੇ ਵਿੱਚ ਤੇ ਸੂਬੇ ਦੀ ਸਰਕਾਰ ਨੇ ਉਹਨਾਂ ਐਕਟਾਂ ਦੇ ਖਿਲਾਫ ਆਪਣੀ ਅਸੈਂਬਲੀ ਦੇ ਵਿੱਚ ਨਵੇਂ ਐਕਟ ਪਾਸ ਕਰਤੇ। ਅਸਲ ਤੇ ਹੈਗੀ ਹੈ ਉਸ ਅਸਲ ਦੇ ਵਿੱਚ ਰੂਰਲ ਡਿਵੈਲਪਮੈਂਟ ਫੰਡ ਪਹਿਲੇ ਜਿਹੜੇ 5-10 ਸਾਲਾਂ ਦਾ ਸੀਗਾ ਜਾਂ ਹੁਣੇ ਵੀ ਪਿਛਲੇ ਸਾਲ ਦਾ ਵੀ ਦਿੱਤਾ ਸੀਗਾ ਉਹਦੀ ਉਹਨਾਂ ਨੇ ਵਰਤੋਂ ਬਾਰੇ ਜਾਣਕਾਰੀ ਮੰਗੀ ਵੀ ਤੁਸੀਂ ਕਿੱਥੇ ਵਰਤਿਆ ਇਹ ਦੱਸੋ, ਕਿਉਂਕਿ ਕੇਂਦਰ ਸਰਕਾਰ ਦਾ ਹੱਕ ਹੈਗਾ ਕਿ ਉਹ ਕਿਸੇ ਵੀ ਸੂਬੇ ਤੋਂ ਯੂਟੀਲਾਈਜੇਸ਼ਨ ਸਰਟੀਫਿਕੇਟ ਮੰਗ ਸਕਦੀ ਹੈ ਵੀ ਤੁਸੀਂ ਕਿੱਥੇ ਖਰਚੇ। ਹੁਣ ਜਿੱਦਾਂ ਮੈਂ ਪਹਿਲੇ ਵੀ ਕਿਹਾ ਹੈ ਕਿ ਸਾਰੀ ਸੂਬੇ ਦੀ ਸਰਕਾਰਾਂ 10 ਸਾਲ ਤੋਂ, ਖਾਸ ਕਰਕੇ ਸਾਰੀ ਮੈਂ ਤਾਂ ਨਹੀਂ ਕਹਾਂਗਾ ਪੰਜਾਬ ਦੀ 10 ਸਾਲਾਂ ਤੋਂ, ਹਮੇਸ਼ਾ ਉਹ ਅਗਲੇ 5 ਸਾਲ ਦਾ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਕੇਂਦਰ ਦੁਆਰਾ ਮਿਲਦਾ ਉਹਦੇ ਅਗੇਂਸਟ ਲੋਨ ਲੈ ਕੇ ਉਹ 4500 ਕਰੋੜ ਰੁਪਏ ਲੈਂਦੇ ਔਰ ਉਹਦਾ ਇੰਟਰਸਟ ਦਿੰਦੇ ਨੇ। ਦੱਸੋ ਤੇ ਹੁਣ ਹਾਲਾਤ ਐ ਵੇ ਕਿ ਜੇ ਫੰਡ ਦੇ ਉੱਤੇ ਲੋਨ ਲੈ ਲਿਆ ਦੱਸੋ, ਹਾਂਜੀ ਔਰ ਯੂਟੀਲਾਈਜ਼ ਇੱਥੇ ਤੱਕ ਕਿ ਜਿਹੜੀ ਹੋਰ ਵੀ ਕਈ ਏਦਾਂ ਦੇ ਕਮਾਊ ਮਹਿਕਮੇ ਨੇ ਉਹਨਾਂ ਦੀ ਕਮਾਈ ਦੇ ਅਗੇਂਸਟ ਲੋਨ ਲੈਣ ਦੀ ਪ੍ਰਥਾ ਪਿਛਲੇ 10 ਸਾਲਾਂ ਦੇ ਵਿੱਚ ਅਕਾਲੀ ਸਰਕਾਰ ਦੇ ਦੌਰਾਨ ਚੱਲੀ ਸੀ ਔਰ ਤੁਸੀਂ ਉਹ ਵੀ ਖਬਰ ਪੜੀ ਹੋਏਗੀ ਜਦ ਸੂਬੇ ਦੀ ਪ੍ਰਾਈਮ ਪ੍ਰੋਪਰਟੀਜ਼ ਨੂੰ ਮੋਰਟਗੇਜ ਰੱਖ ਕੇ ਬੈਂਕਾਂ ਤੋਂ ਰਾਹੀਂ ਲੋਨ ਲਿੱਤਾ ਸੀਗਾ ਔਰ ਅੱਜ ਉਹ ਲੋਨ ਲੁਟਾਇਆ ਨਹੀਂ ਔਰ ਉਹ ਬੈਂਕਾਂ ਦੇ ਕੋਲ ਵੱਡੀ ਵੱਡੀ ਪ੍ਰੋਪਰਟੀ ਜਲੰਧਰ ਦੇ 3 ਪ੍ਰੋਪਰਟੀਆਂ ਹੈਗੀਆਂ, ਇਵਨ ਜਿਹੜਾ ਜੇਲ ਜਲੰਧਰ ਦੀ ਹੁੰਦੀ ਸੀਗੀ ਜੇ ਹੁਣ ਕਪੂਰਥਲਾ ਜੇਲ ਚਲੀ ਗਈ ਹੈ ਉਸ ਜੇਲ ਨੂੰ ਵੀ ਹਜੇ ਤੱਕ ਮੋਰਟਗੇਜ ਰੱਖਿਆ ਹੋਇਆ ਔਰ ਉਹਦੇ ਉੱਤੇ ਕੋਈ ਵੀ ਡਿਵੈਲਪਮੈਂਟ ਜਾਂ ਸੂਬੇ ਦੀ ਸਰਕਾਰ ਨਹੀਂ ਕਰ ਪਾਈ। ਯਾਨੀ ਏਦਾਂ ਦੇ ਹਾਲਾਤ ਵਿੱਚ ਸੂਬੇ ਦੀ ਸਰਕਾਰ ਵੀ ਕਸੂਤੀ ਫਸੀ ਹੈ ਕਿਉਂਕਿ ਇਹਨਾਂ ਨੂੰ ਇਹ ਨਹੀਂ ਪਤਾ ਸੀਗਾ ਕਿ ਇਸ ਅੰਦੋਲਨ ਨੂੰ ਸਪੋਰਟ ਕਰਨ ਦੀ ਐਵਜ ਦੇ ਵਿੱਚ ਸਰਕਾਰ ਸਾਡੇ ਤੋਂ, ਕੇਂਦਰ ਦੀ ਸਰਕਾਰ ਸਾਡੇ ਤੋਂ ਇਹ ਯੂਟੀਲਾਈਜੇਸ਼ਨ ਸਰਟੀਫਿਕੇਟ ਮੰਗੇਗੀ ਜੋ ਅਸੀਂ ਨਹੀਂ ਦੇ ਸਕਦੇ। ਹੁਣ ਇਸ ਗੱਲ ਦੇ ਉੱਤੇ ਵੀ ਰਾਜਨੀਤੀ ਹੋ ਰਹੀ ਹੈ, ਸੂਬੇ ਦੀ ਸਰਕਾਰ ਕਹਿੰਦੇ ਵੀ ਤੁਸੀਂ ਸਾਡੇ ਕੋਲ ਜਾਣ ਬੁੱਝ ਕੇ ਇਹ ਗੱਲ ਮੰਗ ਰਹੇ ਹੋ ਕਿਉਂਕਿ ਤੁਸੀਂ ਹਰਿਆਣਾ ਤੋਂ ਜਾਂ ਕਿਸੇ ਹੋਰ ਸੂਬੇ ਤੋਂ ਯੂਟੀਲਾਈਜੇਸ਼ਨ ਸਰਟੀਫਿਕੇਟ ਕਿਉਂ ਨਹੀਂ ਮੰਗਿਆ, ਸਾਡੇ ਤੋਂ ਹੀ ਕਿਉਂ ਮੰਗਦੇ ਹੋ। ਹੁਣ ਇਹ ਗੱਲ ਟੈਕਨੀਕਲ ਤੌਰ ਤੇ ਦੇਖਿਆ ਜਾਏ ਤੇ ਕੇਂਦਰ ਸਰਕਾਰ ਕੋਲ ਪੂਰਾ ਰਾਈਟ ਹੈ ਕਿ ਉਹਨਾਂ ਦਾ ਭੇਜਿਆ ਹੋਇਆ ਫੰਡ ਸਹੀ ਜਗ੍ਹਾ ਉਹਦੀ ਵਰਤੋਂ ਹੋਈ ਜਾਂ ਨਹੀਂ ਹੋਈ ਇਹ ਸੂਬੇ ਦੀ ਸਰਕਾਰ ਸਰਟੀਫਿਕੇਟ ਦੇ, ਕਿਉਂਕਿ 64 ਕਰੋੜ ਰੁਪਏ ਦੇ ਘੁਟਾਲੇ ਦੀ ਜਿਹੜੀ ਗੱਲ ਹੁੰਦੀ ਸੀਗੀ ਉਹ ਜਿਹੜੀ ਐਸਸੀ ਸਕਾਲਰਸ਼ਿਪ ਦੀ ਗੱਲ ਸੀਗੀ ਜਿਹਦੇ ਵਿੱਚ ਧਰਮਸੋਤ ਦਾ ਨਾਂ ਐਡੀਸ਼ਨਲ ਚੀਫ ਸੈਕਟਰੀ ਉਹਨਾਂ ਨੇ ਵੀ ਲਿੱਤਾ ਸੀਗਾ, ਹਜੇ ਤੱਕ ਕੁਛ ਨੀ ਨਿਕਲਿਆ। ਸੂਬੇ ਨੇ ਇੱਕ ਹੋਰ ਕਮੇਟੀ SIT ਬਣਾਤੀ, SIT ਤੋਂ ਬਾਅਦ ਧਰਮਸੋਤ ਨੂੰ ਕਲੀਨ ਚਿੱਟ ਦੇਤੀ, ਪਰ ਹਜੇ ਤੱਕ ਇਹ ਨੀ ਦੱਸਿਆ ਗਿਆ ਕਿ ਉਹ ਐਮਬੈਜ਼ਲਮੈਂਟ ਹੋਇਆ ਸੀ ਜਾਂ ਨਹੀਂ ਹੋਇਆ ਸੀ, ਉਹ ਫੰਡ ਕਿੱਥੇ ਗਿਆ। ਯਾਨੀ ਇਹ ਜਿਹੜੀ ਕਮੇਟੀਆਂ ਬਣਾ ਕੇ ਆਪਣੇ ਬੰਦਿਆਂ ਨੂੰ ਕਲੀਨ ਚਿੱਟ ਦੇਣ ਦਾ ਫੈਸਲਾ ਜਾਂ ਇਸ ਤਰ੍ਹਾਂ ਦੀ ਹਰਕਤ ਸੂਬੇ ਦੀ ਸਰਕਾਰ ਕਈ ਵਾਰ ਕਰਦੀ ਹੈ ਔਰ ਕਈ ਵਾਰ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਤੇ ਇਹ ਵੀ ਐਲੀਗੇਸ਼ਨ ਲੱਗਦਾ ਹੈ ਕਿ ਵੀ ਉਹ ਕਲੀਨ ਚਿੱਟ ਤੇ ਆਪਣੀ ਖੱਬੀ ਜੇਬ ਵਿੱਚ ਰੱਖਦੇ ਨੇ ਔਰ ਜੇਬ ਵਿੱਚ ਹੱਥ ਪਾ ਕੇ ਜਿੱਥੇ ਲੋੜ ਹੁੰਦੀ ਉੱਥੇ ਕਲੀਨ ਚਿੱਟ ਦੇ ਨੇ, ਔਰ ਇਹੀ ਕਲੀਨ ਚਿੱਟ ਉਹਨਾਂ ਨੇ ਰਾਣਾ ਗੁਰਜੀਤ ਸਿੰਘ ਉਹਨਾਂ ਨੂੰ ਵੀ ਦਿੱਤੀ ਸੀ ਜਦ ਉਹ ਰੇਤ ਮਾਫੀਆ ਦੇ ਚੱਕਰ ਵਿੱਚ ਫਸ ਗਏ ਸੀ ਕਿ ਬਾਅਦ ਚੋਂ ਉਹਨਾਂ ਨੂੰ ਰਿਜ਼ਾਈਨ ਦੇਣਾ ਪਿਆ। ਤੇ ਇਸ ਤਰ੍ਹਾਂ ਦੇ ਯੂਟੀਲਾਈਜੇਸ਼ਨ ਸਰਟੀਫਿਕੇਟ ਨੂੰ ਸੂਬੇ ਦੁਆਰਾ ਨਾ ਦੇ ਪਾਣਾ ਇਹ ਕੋਈ ਨਵੀਂ ਗੱਲ ਨਹੀਂ ਹੈਗੀ, ਕਿਉਂਕਿ ਪਹਿਲੇ ਵੀ ਏਦਾਂ ਦੇ ਬਹੁਤ ਸਾਰੇ ਫੰਡ ਸੀਗੇ ਜਿਹੜੇ ਡਾਇਵਰਟ ਹੋਏ ਸੀਗੇ ਔਰ ਡਾਇਵਰਟ ਹੋਣ ਤੋਂ ਬਾਅਦ ਜਦ ਸੂਬੇ ਤੋਂ ਪੁੱਛਿਆ ਗਿਆ ਕਿ ਤੁਸੀਂ ਦੱਸੋ ਜੀ ਖਰਚਿਆ ਕਿੱਥੇ ਤੇ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਔਰ ਜਵਾਬ ਹੈ ਵੀ ਨਹੀਂ ਜੀ। ਕੁਝ ਗੱਲਾਂ ਹੁੰਦੀਆਂ ਜਿਹਦਾ ਕੋਈ ਜਵਾਬ ਨਹੀਂ ਹੁੰਦਾ ਔਰ ਏਦਾਂ ਦੀ ਹੀ ਗੱਲਾਂ ਤਦ ਵੀ ਆਈ ਸੀ, ਤੁਹਾਨੂੰ ਯਾਦ ਹੋਏਗਾ ਜਦ ਇਹਨਾਂ ਨੇ ਸੂਬੇ ਦੀ ਸਰਕਾਰ ਨੇ ਜਿਹੜਾ ਚੀਫ ਪਾਰਲੀਮੈਂਟਰੀ ਸੈਕਟਰੀ ਤੋਂ ਬਾਅਦ ਇੱਕ ਕੁਛ MLA ਨੂੰ ਕੁਛ ਅਹੁਦੇ ਦਿੱਤੇ ਸੀਗੇ ਜੀ, ਬਾਅਦ ਚ ਉਹਨਾਂ ਅਹੁਦਿਆਂ ਦੇ ਉੱਤੇ ਗਵਰਨਰ ਨੇ ਸਾਈਨ ਕਰਨ ਤੋਂ ਮਨਾ ਕੀਤਾ ਸੀਗਾ ਔਰ ਦੱਸਿਆ ਸੀਗਾ ਕਿ ਇਹਦੀ ਲੀਗੈਲਿਟੀ ਕੀ ਹੈ ਔਰ ਅੱਜ ਤੱਕ ਸੂਬੇ ਦੀ ਸਰਕਾਰ ਉਹਦੀ ਲੀਗੈਲਿਟੀ ਨਹੀਂ ਦੱਸ ਪਾਈ ਔਰ ਏਦਾਂ ਹੀ ਯੂਟੀਲਾਈਜੇਸ਼ਨ ਸਰਟੀਫਿਕੇਟ ਦੇ ਬਾਰੇ ਚ ਵੀ ਅਗਰ ਕੇਂਦਰ ਸਰਕਾਰ ਦੁਆਰਾ ਪੁੱਛ ਲਿਆ ਗਿਆ ਤੇ ਇਹ ਸੂਬੇ ਦੀ ਸਰਕਾਰ ਕੋਲ ਇੰਨਾ ਕੋਈ ਦਮ ਨਹੀਂ ਹੈਗਾ। ਹੁਣ ਸਾਰੀ ਗੱਲ ਇਹਦੇ ਵਿੱਚ ਰਾਜਨੀਤੀ ਤੋਂ ਪ੍ਰੇਰਿਤ ਲੱਗ ਰਹੀ ਹੈ ਕਿ ਬਈ ਸੂਬੇ ਦੀ ਸਰਕਾਰ ਹਾਹਾਕਾਰ ਇਸ ਕਰਕੇ ਮਚਾ ਰਹੀ ਹੈ
ਕਿ ਕੇਂਦਰ ਸਰਕਾਰ ਨੇ ਦੇਖੋ ਜੀ ਸਾਨੂੰ ਅਸੀਂ ਕਿਸਾਨਾਂ ਨੂੰ ਸਪੋਰਟ ਕੀਤਾ ਤੇ ਇਸ ਕਰਕੇ ਸਾਡੇ ਤੋਂ ਰੂਰਲ ਡਿਵੈਲਪਮੈਂਟ ਫੰਡ ਦਾ ਯੂਟੀਲਾਈਜੇਸ਼ਨ ਸਰਟੀਫਿਕੇਟ ਮੰਗ ਰਹੀ ਔਰ ਆਰਡੀਐਸ ਸਾਡਾ ਰੋਕ ਰਹੀ ਹੈ। ਉਸ ਤਰੀਕੇ ਨਾਲ ਹੀ ਰੇਲਾਂ ਨੂੰ ਰੋਕਣ ਦੀ ਗੱਲ ਚੱਲਦੀ ਪਈ ਹੈ, ਇਹਦੇ ਉੱਤੇ ਵੀ ਰਾਜਨੀਤੀ ਹੋ ਰਹੀ ਹੈ ਭਾਵੇਂ ਆਮ ਆਦਮੀ ਪਾਰਟੀ ਹੋਏ ਜਾਂ ਅਕਾਲੀ ਦਲ ਹੋਏ, ਉਹ ਕੇਂਦਰ ਦੀ ਇਸ ਹਰਕਤ ਨੂੰ ਪਬਲਿਕ ਨੂੰ ਅਟਰੈਕਟ ਪਬਲਿਕ ਨੂੰ ਇਹ ਦਿਖਾਉਣ ਵਾਸਤੇ ਖਾਸ ਕਰਕੇ ਕਿਸਾਨਾਂ ਨੂੰ ਕਿ ਅਸੀਂ ਤੁਹਾਡੇ ਨਾਲ ਆ, ਉਹ ਵੀ ਕੇਂਦਰ ਸਰਕਾਰ ਨੂੰ ਕ੍ਰਿਟੀਸਾਈਜ਼ ਕਰ ਰਹੇ ਨੇ। ਹੁਣ ਅਗਰ ਕੇਂਦਰ ਸਰਕਾਰ ਇਹ ਗੱਲ ਮੰਗਦੀ ਹੈ ਕਿ ਵੀ ਸੂਬੇ ਦੀ ਸਰਕਾਰ ਸਾਨੂੰ ਇਹ ਗੱਲ ਲਿਖ ਕੇ ਦੇ ਕਿ ਅਗਰ ਅਸੀਂ ਇੱਥੇ ਟ੍ਰੇਨਾਂ ਭੇਜਾਂਗੇ, ਮਾਲ ਗਾੜੀਆਂ ਭੇਜਾਂਗੇ, ਤੇ ਉਹਨਾਂ ਮਾਲ ਗਾੜੀਆਂ ਨੂੰ ਅੰਦੋਲਨ ਜਿਹਨੂੰ ਸਪੋਰਟ ਕਾਂਗਰਸ ਦੀ ਸਰਕਾਰ ਕਰ ਰਹੀ ਹੈ, ਉਸ ਅੰਦੋਲਨ ਦੇ ਰਾਹੀਂ ਸਾਡੀ ਰੇਲ ਗੱਡੀਆਂ ਸੇਫ ਰਹਿਣਗੀਆਂ। ਤੇ ਇਹ ਗੱਲ ਜਦ ਕਾਂਗਰਸ ਦੇ ਲੀਡਰਾਂ ਤੋਂ ਪੁੱਛੀ ਜਾਂਦੀ ਹੈ ਤੇ ਉਹ ਕਹਿੰਦੇ ਨੇ ਅੱਜ ਤੋਂ ਪਹਿਲੇ ਕੇਂਦਰ ਸਰਕਾਰ ਨੇ ਕਿਸੇ ਵੀ ਕੇਂਦਰ ਸਰਕਾਰ ਨੇ ਕਿਸੇ ਵੀ ਸੂਬੇ ਸਰਕਾਰ ਤੋਂ ਏਦਾਂ ਦੀ ਕੋਈ ਗਰੰਟੀ ਮੰਗੀ। ਹੁਣ ਹਰਿਆਣਾ ਦੇ ਵਿੱਚ ਜਾਟ ਅੰਦੋਲਨ ਸੀਗਾ, ਕਦੇ ਵੀ ਹਰਿਆਣਾ ਦੇ ਵਿੱਚ ਟ੍ਰੇਨਾਂ ਜਾਂਦੀ ਰਹੀ ਹੈ, ਟ੍ਰੇਨਾਂ ਨੂੰ ਨੁਕਸਾਨ ਵੀ ਪਹੁੰਚਾਇਆ ਗਿਆ ਕਿ ਉਹਨਾਂ ਨੇ ਤਦ ਹਰਿਆਣੇ ਦੇ ਵਿੱਚ ਜੋ ਬੀਜੇਪੀ ਦੀ ਆਪ ਦੀ ਸਰਕਾਰ ਸੀ ਕਿ ਉਹ ਏਦਾਂ ਦਾ ਕੋਈ ਸਰਟੀਫਿਕੇਸ਼ਨ ਮੰਗਿਆ। ਗੱਲ ਤੇ ਸਾਰੀ ਹੁਣ ਪੋਲੀਟਿਕਸ ਦੀ ਹੈਗੀ ਹੈ, ਕਲੇਮ ਕਾਊਂਟਰ ਕਲੇਮ ਬਲੇਮ ਕਾਊਂਟਰ ਬਲੇਮ ਆਹ ਸਾਰੀ ਗੱਲਾਂ ਚੱਲ ਰਹੀਆਂ। ਇਹਦੇ ਵਿੱਚ ਕਿਸਾਨਾਂ ਦਾ ਅੰਦੋਲਨ ਕਿਸ ਰਾਹ ਫੜੇਗਾ, ਕੀ ਸਕਸੈਸਫੁਲ ਹੋਏਗਾ ਜਾਂ ਨਹੀਂ ਹੋਏਗਾ, ਇਹ ਗੱਲ ਇੱਕ ਅਦਰ ਚ ਲਟਕੀ ਹੋਈ ਹੈ। ਫਿਲਹਾਲ ਸਾਰੀ ਪੋਲੀਟੀਕਲ ਪਾਰਟੀਆਂ ਇਸ ਮੁੱਦੇ ਤੇ ਸਿਰਫ ਪੋਲੀਟਿਕਸ ਕਰ ਰਹੀ ਹੈ, ਕਿਉਂਕਿ ਜਿਹੜਾ ਸੂਬੇ ਦੀ ਸਰਕਾਰ ਨੇ ਵੀ ਐਕਟ ਪਾਸ ਕੀਤਾ ਹੈ, ਜੇ ਕੱਲ ਨੂੰ ਭਾਜਪਾ ਇਹ ਕਹਿ ਦੇ ਕਿ ਵੀ ਠੀਕ ਹੈ ਪੰਜਾਬ ਨੇ ਜਿਹੜਾ ਐਕਟ ਪਾਸ ਕੀਤਾ ਹੈ ਉਸ ਐਕਟ ਨੂੰ ਅਸੀਂ ਪਾਸ ਕਰ ਦੇਈਏ, ਤੇ ਫਿਰ ਕਿਸਾਨਾਂ ਨੂੰ ਬੜੀ ਮੁਸ਼ਕਿਲ ਹੋ ਜਾਏਗੀ, ਕਿਉਂਕਿ ਅਗਰ ਕੋਈ ਕਾਰਪੋਰੇਟ ਪਲੇਅਰ ਵੀ ਇੱਥੇ ਜਾਂ ਕਾਰਪੋਰੇਟ ਕੰਪਨੀ ਵੀ ਇੱਥੇ ਫਸਲ ਖਰੀਦਣ ਨਹੀਂ ਆਈ, ਔਰ ਸਰਕਾਰ ਨੇ MSP ਵਾਸਤੇ CCL ਲਿਮਿਟ ਸੂਬੇ ਨੂੰ ਨਹੀਂ ਦਿੱਤੀ, ਕਿ ਸੂਬੇ ਦੀ ਸਰਕਾਰ ਇੰਨੀ ਰਿਸਪੋਂਸਿਬਿਲਟੀ ਲੈਂਦੀ ਹੈ ਕਿ ਉਹਦੇ ਪੈਸੇ ਕਿਸਾਨਾਂ ਦੇ ਪੈਸੇ ਉਹ ਆਪ ਆਪਣੀ ਜੇਬ ਤੋਂ ਦੇਣਗੀਆਂ। ਯਾਨੀ ਅਗਰ ਕੇਂਦਰ ਸਰਕਾਰ ਦੇ ਨਾਲ ਸੂਬੇ ਦੀ ਸਰਕਾਰ ਕੋਈ ਟਕਰਾਵ ਦੀ ਸਥਿਤੀ ਜਾਂਦੀ ਹੈ ਤੇ ਇਹਦੇ ਵਿੱਚ ਨੁਕਸਾਨ ਸੂਬੇ ਦੀ ਸਰਕਾਰ ਦਾ ਹੀ ਹੋਣਾ। ਇਸ ਮਸਲੇ ਦਾ ਹੱਲ ਤੇ ਗੱਲਬਾਤ ਦੇ ਰਾਹੀਂ ਆਪਸ ਵਿੱਚ ਬੈਠ ਕੇ ਬੁਲਾ ਕੇ ਕਰਨਾ ਬਹੁਤ ਜ਼ਰੂਰੀ ਹੈ, ਵਰਨਾ ਜੇ ਮਸਲਾ ਹੱਥੋਂ ਨਿਕਲ ਗਿਆ ਤੇ ਤੁਹਾਨੂੰ ਪਤਾ ਹੈ ਲਾਅ ਐਂਡ ਆਰਡਰ ਪ੍ਰੋਬਲਮ ਪੰਜਾਬ ਦੇ ਵਿੱਚ ਬੜੀ ਛੇਤੀ ਖਰਾਬ ਹੁੰਦੀ ਹੈ। ਧੰਨਵਾਦ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਤੇ ਹੁਣ ਆਪਾਂ ਚੱਲਦੇ ਹਾਂ ਗੁਰਦਾਸਪੁਰ, ਜਿੱਥੇ ਕਹਿੰਦੇ ਕਿ ਤਿਉਹਾਰਾਂ ਨੂੰ ਲੈ ਕੇ ਜਿਹੜਾ ਤਿਉਹਾਰਾਂ ਦੇ ਵਿੱਚ ਮਠਿਆਈ ਵਿਕਦੀ ਹੈ ਤੇ ਸਰਕਾਰ ਨੇ ਫਿਰ ਡੰਡਾ ਚਲਾ ਦਿੱਤਾ। ਕੀ ਡੰਡਾ ਚਲਾਇਆ ਨਿਤਿਨ ਲੂਥਰਾ ਜੀ ਦੱਸਣਗੇ। ਜੀ ਲੂਥਰਾ ਜੀ, ਸਤਿ ਸ੍ਰੀ ਅਕਾਲ ਧੰਨਵਾਲੀ ਸਾਹਿਬ। ਸਤਿ ਸ੍ਰੀ ਅਕਾਲ ਜੀ। ਜੀ ਬਿਲਕੁਲ, ਜਿੱਦਾਂ ਧੰਨਵਾਲੀ ਸਾਹਿਬ ਤੁਸੀਂ ਦੱਸਿਆ ਕਿ ਜਿੱਦਾਂ ਜਿੱਦਾਂ ਤਿਉਹਾਰਾਂ ਦਾ ਸੀਜ਼ਨ ਆ ਰਿਹਾ ਵਾ, ਤਿਉਹਾਰ ਨੇੜੇ ਆ ਗਏ ਆ, ਉਦਾਂ ਉਦਾਂ ਦੁਕਾਨਦਾਰ ਵੀ ਆਪਣੀ ਤਿਆਰੀ ਕਰਨੀ ਸ਼ੁਰੂ ਕਰ ਦਿੰਦੇ ਨੇ ਜੀ। ਤੇ ਦੂਜੇ ਪਾਸੇ ਹੁਣ ਜਿਹੜਾ ਸਿਹਤ ਵਿਭਾਗ ਆ ਉਹਨੇ ਵੀ ਤਿਆਰੀ ਖਿੱਚ ਲਈ ਆ ਜੀ। ਆਮ ਤੌਰ ਤੇ ਦੇਖੋ ਤੁਸੀਂ ਪੂਰਾ ਸਾਲ ਜਿਹੜਾ ਵਾ ਰੁਟੀਨ ਹੁੰਦੀ ਹੈ ਇਹਨਾਂ ਦੀ ਜੀ, ਬਹੁਤ ਘੱਟ ਸੈਂਪਲਿੰਗ ਹੁੰਦੀ ਹੈ, ਲੇਕਿਨ ਜਦੋਂ ਰੱਖੜੀ ਦਾ ਤਿਉਹਾਰ ਹੋਵੇ ਖਾਸ ਕਰਕੇ ਉਦੋਂ, ਜਾਂ ਫਿਰ ਦੀਵਾਲੀ ਦਾ ਤਿਉਹਾਰ ਜਦੋਂ ਨੇੜੇ ਆ ਜਾਂਦਾ ਜੀ, ਉਸ ਤੋਂ ਬਾਅਦ ਫਿਰ ਸਿਹਤ ਵਿਭਾਗ ਆਪਣਾ ਡੰਡਾ ਤਿੱਖਾ ਕਰ ਲੈਂਦਾ ਤੇ ਤੁਰ ਪੈਂਦਾ ਡੰਡਾ ਲੈ ਕੇ ਬਾਜ਼ਾਰ ਦੇ ਵਿੱਚ ਖੜਕਾਉਣਾ ਸ਼ੁਰੂ ਕਰ ਦਿੱਤਾ। ਸੋ ਇਸੇ ਦੇ ਤਹਿਤ ਅੱਜ DHO ਗੁਰਦਾਸਪੁਰ ਨੇ ਬਟਾਲਾ ਦੇ ਵਿੱਚ ਜਿਹੜੇ ਮਠਾਈਆਂ ਬਣਾਉਂਦੇ ਨੇ ਉਹ, ਜਾਂ ਕੁਛ ਤੇਲ ਵਪਾਰੀ ਸਰੋਂ ਦਾ ਤੇਲ ਜਿਹੜੇ ਬਣਾਉਂਦੇ ਨੇ, ਉਹਨਾਂ ਨਾਲ ਮੀਟਿੰਗ ਕੀਤੀ ਤੇ ਇਹ ਗੱਲ ਕਹੀ ਤੇ ਹੁਣ ਉਹਨਾਂ ਨੂੰ ਖਾਸ ਕਰਕੇ ਹਲਵਾਈਆਂ ਨੂੰ ਆਪਣੇ ਮਿਠਾਈ ਦੇ ਡੱਬਿਆਂ ਤੇ ਜਾਂ ਫਿਰ ਕਾਊਂਟਰਾਂ ਦੇ ਵਿੱਚ ਜਿਹੜੀ ਟ੍ਰੇਵਾਂ ਚ ਉਹਨਾਂ ਨੇ ਮਿਠਾਈ ਰੱਖੀ ਹੁੰਦੀ ਆ ਉਹਦੇ ਤੇ ਬੈਸਟ ਬਿਫੋਰ ਲਿਖਣਾ ਪਏਗਾ। ਅੱਛਾ ਜੀ, ਅੱਜ ਉਹਨਾਂ ਨੇ ਕਿਹਾ ਵੀ ਅਸੀਂ ਅਵੇਅਰ ਕਰ ਦਿੱਤਾ ਵਾ, ਆਉਣ ਵਾਲੇ ਦਿਨਾਂ ਚ ਇੱਥੇ ਸਖ਼ਤੀ ਕੀਤੀ ਜਾਏਗੀ ਕਿ ਜਿਹੜਾ ਬੈਸਟ ਬਿਫੋਰ ਨਾ ਲਿਖੇਗਾ, ਕਿਉਂਕਿ ਹੁਣ ਉਹਦੀ ਸਮੇਂ ਰੇਖਾ ਜਿਹੜੀ ਤੈਅ ਕਰ ਦਿੱਤੀ ਆ ਵੀ ਜਿਹੜੀ ਮਿਠਾਈ ਦੀ ਕਿੰਨੀ ਉਮਰ ਆ, ਇੱਕ ਦਿਨ ਵਾ, ਦੋ ਦਿਨ ਆ, ਚਾਰ ਦਿਨ ਆ। ਜਦੋਂ ਉਹਨਾਂ ਨੂੰ ਇਹ ਗੱਲ ਅਸੀਂ ਪੁੱਛੀ ਕਿ ਕੰਜਮਪਸ਼ਨ ਬਹੁਤ ਜ਼ਿਆਦਾ ਆ, ਖਪਤ ਬਹੁਤ ਜ਼ਿਆਦਾ ਆ ਜੀ, ਤੇ ਇੱਕ ਦਿਨ ਚ ਤਾਂ ਇਹ ਮਿਠਾਈ ਬਣਦੀ ਨੀ ਜਾਂ ਦੋ ਦਿਨ ਚ ਨੀ ਬਣਦੀ, ਆਪਣੇ ਇਹਨੂੰ 15 ਦਿਨ ਮਹੀਨਿਆਂ ਪਹਿਲਾਂ ਵੀ ਸਟੋਰੇਜ ਹੁੰਦੀ ਆ। ਉਹ ਕਹਿੰਦੇ ਕਿ ਐਸੀ ਕੋਈ ਗੱਲ ਨੀ, ਅਸੀਂ ਛਾਪੇਮਾਰੀ ਹੋਰ ਵਧਾਵਾਂਗੇ ਤੇ ਜਿੱਥੇ ਕਿਤੇ ਸਾਨੂੰ ਪਤਾ ਲੱਗੇਗਾ ਉੱਥੇ ਛਾਪੇਮਾਰੀ ਜਿਹੜੀ ਵਧਾਈ ਜਾਏਗੀ। ਪਰ ਜੇ ਅੰਦਰ ਦੀ ਗੱਲ ਕੀਤੀ ਜਾਵੇ, ਸੱਚਾਈ ਗੱਲ ਕੀਤੀ ਜਾਵੇ, ਤੇ ਸਿਰਫ ਤੇ ਸਿਰਫ ਇੱਕ ਦਿਖਾਵਾ ਹੁੰਦਾ ਵਾ। ਹਾਂ ਹਾਂ, ਇਹ ਤਾਂ ਹੁੰਦਾ ਤਾਂ ਦਿਖਾਵਾ ਹੀ ਆ ਜੀ, ਜਦੋਂ ਸੈਂਪਲ ਭਰ ਕੇ ਦਵਾਈ ਤੋਂ ਮੰਗਣ ਦਾ ਇੱਕ ਰਾਹ ਵਾ ਜੀ, ਇੱਕ ਲੁੱਟ ਕਰਨ ਦਾ ਰਸਤਾ ਵਾ ਕਿ ਜਿੰਨੀ ਸਖਤਾਈ ਹੋਏਗੀ ਉਨੀ ਲੁੱਟ ਵੱਧ ਵੱਜੇਗੀ ਜੀ। ਬੈਸਟ ਬਿਫੋਰ ਲਿਖਣ ਦਾ ਗਰੰਟੀ ਕੌਣ ਦੇਗਾ? ਧੰਨਵਾਦ ਸਾਹਿਬ, ਉਹਨੇ ਹੀ ਬਣਾਉਣਾ ਜੀ, ਉਹਨੇ ਹੀ ਵੇਚਣਾ ਤੇ ਉਹਨੇ ਹੀ ਉਹਨੇ ਵੇਚਣਾ, ਉਹਦੀ ਉਹਦੀ ਕੌਣ ਸ਼ੇਵਾ ਰੇਖਾ ਤੈਅ ਕਰੇਗਾ ਵੀ ਇਹ ਆਪਣਾ
ਮੈਨੂਫੈਕਚਰਰ ਵੀ ਉਹੀ ਉਹਨੇ ਕਿਹੜਾ ਲਿਆਉਣਾ ਵੀ ਅੰਦਰੋਂ ਘੋਟ ਕੇ ਲਿਆਉਣਾ ਜਦੋਂ ਥੋੜਾ ਪ੍ਰੋਡਕਸ਼ਨ ਵੀ ਉਹਦੀ ਤੇ ਵੇਚਣਾ ਵੀ ਉਹਨੇ ਉਹ ਬਣਾ ਕੇ ਲਿਆ ਕੇ ਲੇਖ ਦਿੰਦਾ ਵੀ 15 ਦਿਨ ਉਮਰ ਆ ਤੇ ਫਿਰ 15 ਦਿਨ ਨਹੀਂ ਵੇਚਦੀ ਫਿਰ ਉਹਨੂੰ ਰੀਸਾਈਕਲਿੰਗ ਕਰਕੇ ਤੇ ਦੁਬਾਰਾ ਉਹ ਕਰ ਦਿੰਦਾ ਵਾ ਵੀ 15 ਦਿਨ ਹੋਰ ਇਹਦੀ ਉਮਰ ਆ ਉਹ ਉਹਦੀ ਗਰੰਟੀ ਕਿਹਦੀ ਹੈ ਪੱਤਰਕਾਰੀ ਉਹ ਕਹਿਣ ਦਾ ਮਤਲਬ ਆ ਕਿ ਅੱਜ ਤੱਕ ਅਸੀਂ ਤੇ ਸਜ਼ਾ ਹੁੰਦੀ ਦੇਖੀ ਨੀ ਕਿਸੇ ਨੂੰ ਵੀ ਕਿਸੇ ਕਰਿਆਨੇ ਵਾਲੀ ਦੁਕਾਨ ਦਾ ਸੈਂਪਲ ਭਰਿਆ ਗਿਆ ਹੋਵੇ ਕਿਸੇ ਮਿਠਾਈ ਵਾਲੇ ਦਾ ਸੈਂਪਲ ਭਰਿਆ ਹੋਵੇ ਤੇ ਉਹਨੂੰ ਸਜ਼ਾ ਹੋ ਜਾਏ ਐਸਾ ਕੋਈ ਮੈਟਰ ਅਜੇ ਤੱਕ ਸਾਨੂੰ ਨਹੀਂ ਨਜ਼ਰ ਆਇਆ ਸੈਂਪਲ ਫੇਲ ਵੀ ਹੁੰਦੇ ਆ ਪਾਸ ਵੀ ਹੁੰਦੇ ਆਪ ਹੀ ਫੇਲ ਕਰਨਾ ਤੇ ਆਪ ਹੀ ਪਾਸ ਕਰਨ ਵਾਲੇ ਬਿਲਕੁਲ 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 ਉਦੋਂ ਕਹਿੰਦੇ ਤਾਂ ਤੂੰ ਵੇਚੀ ਚੱਲ ਸੈਂਪਲ 2 ਦਿਨ ਮਗਰੋਂ ਭੇਜਾਂਗੇ ਕੀਤਾ ਜਰੂਰ ਇਹਨਾਂ ਨੇ ਇਹਦੇ ਨਾਲ ਲੋਕਾਂ ਨੂੰ ਜਰੂਰ ਡਰ ਜ਼ਿਆਦਾ ਹੋ ਜਾਏਗਾ ਦੁਕਾਨਦਾਰਾਂ ਚ ਨੀ ਹਾਂ ਇਹ ਆ ਵੀ ਇਸ ਵਾਰ ਕੋਰੋਨਾ ਕਰਕੇ 40-50% ਗਾਹਕ ਨਿਕਲਣਾ ਵਾ ਉਹਦੇ ਚ ਜਿਹੜੀ ਸਰਕਾਰੀ ਅਫਸਰਾਂ ਦੀ ਤੇ ਜਾਂ ਇਹਨਾਂ ਦੇ ਮੀਡੀਏਟਰਾਂ ਦੀ ਪਰਸੈਂਟੇਜ ਵੱਧ ਜਾਏਗੀ ਨਾ ਬਿਲਕੁਲ ਦੇਖੋ ਜੀ ਕੋਈ ਵੀ ਚੀਜ਼ ਹੁੰਦਾ ਮੈਨੂੰ ਯਾਦ ਹੈ ਕੇਰਾਂ ਅਸੀਂ ਮੈਂ ਤੇ ਰਾਮ ਸਿੰਘ ਅਸੀਂ ਮੈਂ ਦਿੱਲੀ ਸੀਗਾ ਮੈਂ ਰਾਮ ਦੀ ਡਿਊਟੀ ਲਾਤੀ ਮੈਂ ਕਿਹਾ ਰਾਮ ਸਿੰਘ ਮੇਰੇ ਕੋਲ ਇਨਫੋਰਮੇਸ਼ਨ ਆ ਗਈ ਇੱਕ ਮਿੱਟੀ ਦੇ ਤੇਲ ਦਾ ਟਰੱਕ ਜਿਹੜਾ ਫਲਾਣੇ ਥਾਂ 2 ਨੰਬਰ 'ਚ ਤੇਲ ਕੱਢ ਰਿਹਾ ਇਹ ਭੱਜ ਕੇ ਗਿਆ ਚਲੋ ਆਪਾਂ ਸੋਰਸ ਦਾ ਦੱਸਦੇ ਨਹੀਂ ਹੁੰਦੇ ਆਪਾਂ ਆਪਦੇ ਸਾਥੀ ਨੂੰ ਵੀ ਨਹੀਂ ਦੱਸਦੇ ਵੀ ਸਾਡਾ ਸੋਰਸ ਕੌਣ ਹੈ ਠੀਕ ਹੈ ਉਹ ਲੱਗੇ ਰਹੇ ਜੀ ਤੇ ਮੈਨੂੰ ਇੱਥੇ ਇੱਕ ਉਦੋਂ ਡਿਪਟੀ ਕਮਿਸ਼ਨਰ ਸੀਗੇ ਇੱਕ ਉਹ ਮੈਨੂੰ ਕਹਿੰਦੇ ਦਾਨੇ ਸਾਹਿਬ ਕਹਿੰਦੇ ਤੁਸੀਂ ਵੀ ਮਿੱਟੀ ਦੇ ਤੇਲ ਦਾ ਸਕੈਂਡਲ ਕੱਢਿਆ ਮੈਂ ਠੀਕ ਹੈ ਕਹਿੰਦੇ ਮੈਂ ਫੋਰਮ ਇਹਨੂੰ ਮੈਂ ਕਹਿੰਦੇ ਇਨਵੈਸਟੀਗੇਟ ਕਿਵੇਂ ਕਰਾਂ ਮੈਂ ਕਿਹਾ ਜੀ ਇਨਵੈਸਟੀਗੇਸ਼ਨ ਤਾਂ ਬੜੀ ਸੌਖੀ ਹੈ ਕਹਿੰਦੇ ਕੀ ਮੈਂ ਕਿਹਾ ਜੀ ਤੁਸੀਂ ਐਂ ਕਰੋ ਤੁਸੀਂ ਪਿੰਡਾਂ ਦੇ ਵਿੱਚ ਧਨਾੜ ਜ਼ਿਮੀਂਦਾਰਾਂ ਦੇ ਕਾਰਡ ਚੱਕ ਲਓ ਉਹਨਾਂ 'ਚੋਂ ਕੋਈ ਬੰਦਾ ਮਿੱਟੀਆ ਤੇਲ ਨਹੀਂ ਲੈਂਦਾ ਬਿਨਾਂ ਦੱਸੇ ਚੁਕਾ ਲਓ ਉਹਨਾਂ ਦਾ ਮਿੱਟੀਆ ਤੇਲ ਪਰਫਿਲੇ 'ਚ ਕਿੱਥੇ ਹੁੰਦੀ ਹੈ ਪੁੱਛ ਲਓ ਉਹਨਾਂ ਨੇ ਜੀ ਐਂ ਕੀਤਾ ਜੋ ਚੱਕਿਆ ਤੇ ਮੈਨੂੰ ਡਿੱਪੂ ਵਾਲੇ ਤੇ ਜਿਹੜਾ ਬਲਕ ਸਪਲਾਇਰ ਸੀ ਕਹਿੰਦਾ ਦਾਨੇ ਵਾਲੀਆ ਸਾਹਿਬ ਤੁਸੀਂ ਸਾਨੂੰ ਕੀ ਕਹਿੰਦੇ ਖੱਡੇ ਬੀਜਤੇ ਮੈਂ ਕਿਉਂ ਕਹਿੰਦੇ ਜੀ ਅੱਗੇ ਅਸੀਂ ਕਹਿੰਦੇ 2 ਲੱਖ ਰੁਪਇਆ ਮਹੀਨਾ ਦਿੰਦੇ ਸੀ ਹੁਣ 6 ਹੋ ਗਿਆ ਕਹਿੰਦਾ ਜੇ ਤੁਹਾਨੂੰ ਹੀ ਲੱਖ ਦੇ ਦਿੰਦੇ ਤਾਂ ਕਹਿੰਦੇ ਸਾਡੀ ਖਬਰ ਤਾਂ ਰੁਕ ਜਾਂਦੀ ਦੱਸੋ ਮੈਂ ਕਿਹਾ ਇਹ ਰੁਕਣੀ ਨਹੀਂ ਸੀ ਤੁਹਾਨੂੰ ਮੈਂ ਚੀਜ਼ ਦੱਸਾਂ ਪਰ ਗੱਲ ਕੀ ਹੈ ਕਿ ਮਹੀਨੇ ਵੱਧ ਗਏ ਮਹੀਨੇ ਵੱਧ ਗਏ ਮਹੀਨੇ ਵੱਧ ਗਏ ਗੱਲ ਇਹ ਹੈ ਹੋਰ ਗੱਲ ਕੁਛ ਨਹੀਂ ਹੈ ਦੇਖੋ ਕਈ ਵਾਰ ਅਕਸਰ ਵੀ ਕਈ ਵਾਰ ਕੀ ਮਤਲਬ ਦੋ 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 ਤਿਉਹਾਰ ਹੀ ਕਿਉਂ ਚੇਤੇ ਆਉਂਦੇ ਆ ਸਿਹਤ ਵਿਭਾਗ ਨੂੰ ਜੀ 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 ਰੱਖੜੀ ਔਰ ਦੀਵਾਲੀ ਹੀ ਕਿਉਂ ਚੇਤੇ ਆਉਂਦਾ ਵਿੱਚ ਨਰਾਤੇ ਆਉਂਦੇ ਆ ਮੇਰੀ ਗੱਲ ਸੁਣੋ ਬੱਸ ਅੱਡਿਆਂ ਤੇ ਚਲੇ ਜਾਓ ਇੱਥੇ ਤਾਂ ਸਾਰਾ ਦਿਨ ਹੀ ਤਿਉਹਾਰ ਹੈ ਮਾਲ ਦੇ ਵਿੱਚ ਚਲੇ ਜਾਓ ਕੈਂਪਾ ਕੋਕਾ ਕੋਲਾ ਕੋਕਾ ਕੋਲਾ ਸਾਰਿਆਂ ਦੇ ਦਾਦੇ ਵਾਲੇ ਸਾਹਿਬ ਤੁਸੀਂ ਸੁਣ ਕੇ ਹੋਰ ਹੈਰਾਨ ਹੋ ਜਾਓਗੇ ਕਦੀ ਮਲਟੀ ਨੈਸ਼ਨਲ ਕੰਪਨੀ ਦਾ ਸੈਂਪਲ ਹੀ ਨਹੀਂ ਭਰਿਆ ਗਿਆ ਉਹ ਨਹੀਂ ਰੇਟ ਲਿਸਟ ਨਹੀਂ ਚੈੱਕ ਹੁੰਦੀ ਜਨਾਬ ਬਸ ਗੱਲ ਹੋ ਗਈ ਜੀ ਇੱਕ ਕੋਕਾ ਕੋਲਾ ਤੁਹਾਨੂੰ ਬਾਹਰ 20 ਰੁਪਈਆਂ ਦੀ ਬੋਤਲ ਮਿਲਦੀ ਹੈ ਤੇ ਮਾਲ ਦੇ ਵਿੱਚ ਸਿਨੇਮੇ ਦੇ ਵਿੱਚੋਂ ਤੁਹਾਨੂੰ 50 ਰੁਪਈਆਂ ਦੀ ਵਿਕਦੀ ਹੈ ਹੁਣ ਆ ਸਿਨੇਮੇ ਵਾਲੇ ਰੌਲਾ ਕਿਉਂ ਪਾਉਂਦੇ ਆ ਉਹ ਕਹਿੰਦੇ ਜੀ ਸਾਨੂੰ ਟਿਕਟਾਂ ਤੋਂ ਥੋੜਾ ਬਚਤ ਹੁੰਦੀ ਆ ਸਾਨੂੰ ਤਾਂ ਜਿਹੜਾ 10 ਰੁਪਈਆਂ ਦਾ ਪੌਪਕਾਰਨ 100 ਰੁਪਈਏ ਦਾ ਵੇਚਦੇ ਆ 20 ਰੁਪਈਆਂ ਵਾਲਾ ਕੋਕਾ ਕੋਲਾ 150 ਰੁਪਏ ਚ ਵੇਚਦੇ ਆ ਉੱਥੋਂ ਹੀ ਸਾਨੂੰ ਪੈਸੇ ਬਿਲਕੁਲ ਬਿਲਕੁਲ ਪਿਛਲੇ ਦਿਨ ਆਪਾਂ ਆਪਣੇ ਜਿਹੜੇ ਸਾਡੇ ਲਿਸਟਰ ਨੇ ਆਪਾਂ ਇਹਨਾਂ ਨੂੰ ਇਹਦੇ ਬਾਰੇ ਵੀ ਜਾਣਕਾਰੀ ਦਿੱਤੀ ਜਦੋਂ ਆਪਾਂ ਗੱਲ ਕੀਤੀ ਹੈ ਸਿਨੇਮੇ ਘਰਾਂ ਦੀ ਉਹ ਆਪ ਕਹਿੰਦੇ ਨੇ ਜੀ ਕਿ ਸਾਨੂੰ ਖਾਣ ਪੀਣ ਚੋਂ ਕਮਾਈ ਆ ਨਾ ਕਿ ਸਾਨੂੰ ਟਿਕਟਾਂ ਵੇਚਣ ਚੋਂ ਟਿਕਟਾਂ ਜਦੋਂ 50% ਲੈ ਗਈ ਕੰਪਨੀ 50% ਇਹਨਾਂ ਨੂੰ ਮਤਲਬ 110 ਰੁਪਏ ਦੀ ਟਿਕਟ ਆ ਤੇ 55 ਉਹ ਲੈ ਗਏ 55 ਇਹ ਲੈ ਗਏ 4 ਕਰੋੜ ਰੁਪਏ ਤੋਂ ਵੱਧ 5 ਕਰੋੜ ਰੁਪਇਆ ਲੱਗਾ ਹੁੰਦਾ ਜੀ ਉਹ 55 ਰੁਪਈਆਂ ਚ ਤੇ ਪੂਰਾ ਨੀ ਹੋਣਾ ਜੀ ਸੋ ਕੁੱਲ ਮਿਲਾ ਕੇ ਤਿਉਹਾਰਾਂ ਦੇ ਸੀਜ਼ਨ ਚ ਇਹਨਾਂ ਨੂੰ ਯਾਦ ਆਉਂਦਾ ਅਸੀਂ ਇਹਨਾਂ ਨੂੰ ਵੀ ਅੱਜ ਗੱਲ ਕਹੀ ਆ ਜਾਂ ਅਕਸਰ ਕਹਿੰਦੇ ਰਹਿੰਦੇ ਆ ਕਿ ਰੁਟੀਨ ਬਣਾਓ ਸੈਂਪਲਿੰਗ ਦੀ ਰੁਟੀਨ ਬਣਾਓ ਔਰ ਸਜ਼ਾ ਜ਼ਰੂਰ ਹੋਵੇ ਜੀ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਵੀ ਇੱਕ ਕਾਂ ਮਾਰ ਕੇ ਟੰਗਿਆ ਹੋਵੇ ਨਾ ਤੇ ਲਾਗੇ ਕਾਗੇ ਦੇ ਕਾਂ ਪਤਾ ਹੁੰਦਾ ਵੀ ਇਸ ਕੋਠੇ ਤੇ ਨਹੀਂ ਆਉਣਾ ਇੱਥੇ ਮਾਰ ਦਿੰਦੇ ਆ ਬਿਲਕੁਲ ਧੰਨਵਾਦ ਜੀ ਬਿਲਕੁਲ ਮਿਹਰਬਾਨੀ ਤੇ ਹੁਣ ਮੇਰੇ ਨਾਲ
ਚਰਨਜੀਤ ਢਿੱਲੋਂ ਜੁੜ ਗਏ ਨੇ ਕਪੂਰਥਲੇ ਤੋਂ। ਚਰਨਜੀਤ ਜੀ ਸਤਿ ਸ੍ਰੀ ਅਕਾਲ। ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਚਰਨਜੀਤ ਜੀ। ਕਹਿੰਦੇ ਇੱਥੇ ਸਭ ਤੋਂ ਪਹਿਲਾਂ ਤਾਂ ਗੱਲ ਮੈਨੂੰ ਦੱਸੋ, ਇੱਕ ਬਿਰਧ ਜੋੜੇ ਦਾ ਕਤਲ ਹੋਇਆ, ਕੀ ਹੈ ਜੀ ਮਾਮਲਾ, ਉਹ ਫੇਰ ਆਪਾਂ ਅੱਗੇ ਚੱਲਦੇ। ਦੇਖੋ ਜੀ, ਪੰਜਾਬ ਦੇ ਵਿੱਚ ਹਰ ਰੋਜ਼ ਜਿਹੜੀਆਂ ਘਟਨਾ ਵੱਧ ਰਹੀਆਂ ਸੀਗੀਆਂ। ਅੱਗੇ ਤਾਂ ਸੀਗਾ ਕਿ ਘਰੋਂ ਨਿਕਲਣਾ ਔਖਾ ਸੀਗਾ, ਹੁਣ ਘਰ ਦੇ ਵਿੱਚ ਆਣ ਕੇ ਲੋਕ ਵੱਢਣ ਲੱਗ ਪਏ। ਇੱਕ ਬਿਰਧ ਜੋੜਾ ਰਹਿ ਰਿਹਾ ਸੀਗਾ, ਉਹਦਾ ਇੱਕ ਪੁੱਤ ਵਿਦੇਸ਼ ਦੇ ਵਿੱਚ ਸੀ, ਇੱਕ ਸੁਲਤਾਨਪੁਰ ਲੋਧੀ ਦੇ ਵਿੱਚ ਮੈਡੀਕਲ ਦਾ ਕੰਮ ਕਰਦਾ ਸੀਗਾ, ਤੇ ਉਹ ਸੁਲਤਾਨਪੁਰ ਲੋਧੀ ਰਹਿ ਰਿਹਾ ਸੀਗਾ। ਤੇ ਘਰ ਦੇ ਵਿੱਚ ਕੋਠੀ ਦੇ ਵਿੱਚ ਬਿਰਧ ਜੋੜਾ ਬਜ਼ੁਰਗ, ਇੱਕ 70 ਸਾਲ ਤੇ ਇੱਕ 65 ਸਾਲ ਮਾਤਾ ਦੀ ਉਮਰ, ਦੋਨੋਂ ਜਾਣੇ ਰਹਿ ਰਹੇ ਸੀਗੇ। ਤੇ ਕੀ ਹੋਇਆ ਕਿ ਰਾਤ ਨੂੰ ਕੰਧ ਟੱਪ ਕੇ ਉਹਨਾਂ ਦੀ ਕੋਠੀ ਦੇ ਵਿੱਚ ਕੋਈ ਅਣਪਛਾਤੇ ਲੋਕ ਤੇਜ਼ ਹਥਿਆਰਾਂ ਦੇ ਨਾਲ ਐਂਟਰ ਹੋਏ, ਔਰ ਘਰ ਉੱਥੇ ਪਿੰਡ ਦੇ ਵਿਚਾਲੇ, ਸੁਲਤਾਨਪੁਰ ਲੋਧੀ ਦੇ ਨਾਲ ਪੈਂਦਾ ਸ਼ਿਕਾਰਪੁਰ, ਪਿੰਡ ਦੇ ਸੈਂਟਰ ਦੇ ਵਿੱਚ ਜਾ ਕੇ ਉਹਨਾਂ ਤੇ ਸੁੱਤੇ ਪੈ ਦੇ ਬਜ਼ੁਰਗ ਦੇ ਤੇਜ਼ ਹਥਿਆਰ ਦੇ ਨਾਲ ਸਿਰ ਦੇ ਉੱਤੇ ਵਾਰ ਕੀਤੇ ਗਏ। ਉਸ ਤੋਂ ਬਾਅਦ ਉਸਦੇ ਸੂਆ ਟਾਈਪ ਕੋਈ ਕੰਨ ਦੇ ਲਾਗੇ ਮਾਰਿਆ ਗਿਆ, ਔਰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਬਜ਼ੁਰਗ ਮਾਤਾ ਅੰਦਰ ਪਈ ਹੋਵੇ, ਤੇ ਉਹ ਚੱਪਲਾਂ ਪਾ ਕੇ ਜਦੋਂ ਬਾਹਰ ਨਿਕਲੀ ਤੇ ਰੌਲਾ ਪਿਆ ਹੋਊਗਾ ਜਾਂ, ਤੇ ਉਸਦੇ ਵੀ ਸਿਰ ਦੇ ਵਿੱਚ ਮਤਲਬ ਕਾਫੀ ਹਥਿਆਰ ਦੇ ਨਾਲ ਅਟੈਕ ਕੀਤਾ। ਦੋਨਾਂ ਜਾਣਿਆਂ ਨੂੰ ਸਹਿਕਦਿਆਂ ਨੂੰ ਛੱਡ ਕੇ ਚਲੇ ਗਏ, ਤੇ ਉੱਪਰ ਨੇੜੇ ਝੋਨੇ ਦੇ ਬੋਰੇ ਪਏ ਸੀਗੇ, ਉਹ ਉਹਨਾਂ ਦੇ ਮੂੰਹਾਂ ਦੇ ਉੱਤੇ ਰੱਖ ਗਏ, ਮੂੰਹ ਦੇ ਉੱਤੇ ਝੋਨੇ ਦੇ ਦੋ ਦੋ ਬੋਰੇ ਰੱਖ ਦਿੱਤੇ ਕਿ ਜੇ ਮਾੜੇ ਮੋਟਾ ਇਹਨਾਂ ਦੇ ਵਿੱਚ ਜਾਨ ਹੋਵੇ ਤਾਂ ਵੀ ਉੱਠ ਨਾ ਸਕਣ। ਇੰਨਾ ਜ਼ਿਆਦਾ ਮਤਲਬ ਘਰ ਦੇ ਵਿੱਚ ਵੀ ਆਪਣੀ ਸੇਫਟੀ ਨੀ, ਘਰੋਂ ਬਾਹਰ ਤੇ ਚਲੋ ਆਪਾਂ ਮੰਨਦੇ ਹਾਂ ਕਿ ਆਪਾਂ ਜਾਂਦੇ ਹਾਂ, ਅੱਜ ਕੱਲ ਕਦੇ ਐਕਸੀਡੈਂਟ ਹੋ ਜਾਂਦੇ, ਕਦੇ ਜਾਨਵਰਾਂ ਦੇ ਵੀ ਨੀ ਕੋਈ ਸਹਾਇਤਾ, ਜਾਨਵਰਾਂ ਦੇ ਵਿੱਚ ਵੀ ਆਪਾਂ ਕਈ ਲੋਕ ਪੰਜਾਬ ਦੇ ਮਰ ਜਾਂਦੇ ਆ, ਪਰ ਅੱਜ ਕੱਲ ਇੰਨਾ ਮਾੜਾ ਹਾਲ ਹੋ ਗਿਆ ਪੰਜਾਬ ਦੇ ਵਿੱਚ ਕਿ ਘਰਾਂ ਦੇ ਵਿੱਚ ਆਣ ਕੇ ਇੱਕ ਬਜ਼ੁਰਗ ਜੋੜਾ ਰਹਿੰਦਾ, ਉਹਨਾਂ ਨੂੰ ਆਣ ਕੇ ਵੱਢ ਦਿੱਤਾ। ਬੜੀ ਦੁੱਖ ਵਾਲੀ ਗੱਲ ਆ। ਪੁਲਿਸ ਤੁਰੰਤ ਸਵੇਰ ਨੂੰ ਜਦੋਂ 6 ਵਜੇ ਪਤਾ ਲੱਗਾ, ਪੁਲਿਸ ਮੌਕੇ ਤੇ ਪਹੁੰਚੀ, ਪਰ ਪੁਲਿਸ ਨੇ ਉਹਨਾਂ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ, ਪਰ ਪਿੰਡ ਦੇ ਵਿੱਚ ਕੋਈ ਵੀ ਕੈਮਰਾ ਸੀਸੀਟੀਵੀ ਨਹੀਂ ਲੱਗਾ ਹੋਇਆ ਸੀਗਾ, ਇਸ ਕਰਕੇ ਕੋਈ ਵੀ ਹਜੇ ਮੁੱਦਾ ਸਾਹਮਣੇ ਨਹੀਂ ਆ ਰਿਹਾ। ਇੱਕ ਪਾਸੇ ਪੁਲਿਸ ਜੋੜ ਰਹੀ ਹੈ ਲੁੱਟ ਦੇ ਨਾਲ, ਪਰ ਦੂਜੇ ਪਾਸੇ ਇਹ ਰੰਜਿਸ਼ ਦਾ ਵੀ ਕੋਈ ਹਿੱਸਾ ਲੱਗ ਰਿਹਾ ਵਾ। ਅੱਛਾ, ਕਾਰਨ ਜਿਵੇਂ ਤੁਸੀਂ ਆਖਿਆ ਕਿ ਜਿਵੇਂ ਬੜਾ ਤੁਸੀਂ ਇੱਕ ਦੁਆਬੇ ਦੇ ਉਸ ਏਰੀਏ ਦੇ ਵਿੱਚ ਰਹਿੰਦੇ ਹੋ, ਬੜੇ ਬਜ਼ੁਰਗ ਇਕੱਲੇ ਰਹਿੰਦੇ ਆ, ਮੈਂ ਹੁਣ ਪਿੱਛੇ ਜੇ ਵੀ ਜਾ ਕੇ ਆਇਆ, ਕਹਿੰਦੇ ਘਰਾਂ ਨੂੰ ਤਾਲੇ ਲੱਗੇ ਪਏ ਨੇ, ਬਜ਼ੁਰਗ ਇਕੱਲੇ ਨੇ, ਸਿਕਿਉਰਿਟੀ ਤਾਂ ਆਪਣੇ ਆਪ ਹੀ ਹੈ ਕਿ ਹਰੇਕ ਬੰਦੇ ਨੂੰ ਹੁੰਦਾ ਕਿ NRI ਦਾ ਮਾਂ ਬਾਪ ਹੈਗਾ ਅਤੇ ਵਾਧੂ ਪੈਸੇ ਹੋਣਗੇ, ਬੜੀਆਂ ਸਥਿਤੀਆਂ ਬੜੀਆਂ ਆਪਾਂ ਆਖਦੇ ਹਾਂ ਕਿ ਬਜ਼ੁਰਗਾਂ ਲਈ ਬੜੀਆਂ ਖਤਰਨਾਕ ਹੋਈਆਂ ਵੀਆਂ ਨੇ, ਇਕੱਲੀਆਂ ਇਕੱਲੀਆਂ ਔਰਤਾਂ ਬੈਠੀਆਂ ਨੇ ਵਿਚਾਰੇ, ਕਈ ਸਾਡੇ ਭਰਾ ਬਾਹਰ ਬੈਠੇ ਨੇ, ਹੈਂਜੀ ਉਹ ਤਾਂ ਆਪਾਂ ਕਹਿ ਸਕਦੇ ਹਾਂ ਕਿ ਜਿਉਂਦੀਆਂ ਵਿਧਵਾਵਾਂ ਹੋ ਗਈਆਂ, ਕਿਉਂਕਿ ਉਹ ਵੀਰਾਂ ਦੇ ਕਾਗਜ਼ ਉੱਧਰ ਨਹੀਂ ਬਣੇ, ਪੁੱਠੇ ਮੁੜ ਨਹੀਂ ਸਕਦੇ, ਬੱਚਿਆਂ ਨੂੰ ਉੱਥੇ ਬੁਲਾ ਨਹੀਂ ਸਕਦੇ। ਪਿੱਛੇ ਜੇ ਇੱਕ ਬੀਬੀ ਮੇਰੇ ਨਾਲ ਗੱਲ ਹੋਈ ਹੁਸ਼ਿਆਰਪੁਰ ਜ਼ਿਲ੍ਹੇ ਆਪਣੇ ਸੋਰੀ ਨਵਾਂ ਸ਼ਹਿਰ ਜ਼ਿਲ੍ਹੇ ਤੋਂ, ਉਹ ਕਹਿੰਦੀ ਸ਼ੁਕਰ ਆ ਭਾਅ ਜੀ, ਕਹਿੰਦੀ 20 ਸਾਲਾਂ ਬਾਅਦ ਬੱਚਾ ਜਵਾਨ ਹੋਏ, ਉਹਨਾਂ ਦਾ ਸਟੱਡੀ ਵੀਜ਼ਾ ਲੱਗਿਆ ਕੈਨੇਡਾ ਦਾ, ਕੈਨੇਡਾ ਦਾ ਸਟੱਡੀ ਵੀਜ਼ਾ ਲੱਗਿਆ ਤਾਂ ਸੀ ਕਿ ਮੈਂ ਕਹਿੰਦੀ ਉਹਨਾਂ ਨੇ ਬੁਲਾਇਆ ਕੈਨੇਡਾ ਗਈ, ਤੇ ਗਾਂਹ ਜਾ ਕੇ ਮੇਰੇ ਘਰ ਵਾਲਾ ਅਮਰੀਕਾ ਸੀ, ਕਹਿੰਦੀ ਫੇਰ ਜਾ ਕੇ ਮੁਲਾਕਾਤ ਹੋਈ ਸਾਡੀ। ਦੱਸੋ। ਬਿਲਕੁਲ ਜੀ, ਦੁਆਬੇ ਦੇ ਵਿੱਚ ਜਿਹੜੇ ਦਾਨੇਵਾਲ ਸਾਹਿਬ 70% ਲੋਕ ਜਿਹੜੇ ਆ ਬਾਹਰ ਵਾ, ਭਲਾਥੇ ਏਰੀਆ ਲਵਾਣਾ ਸਾਈਡ ਜਿਹੜਾ ਉਹ 70 ਤੋਂ ਵੀ ਜ਼ਿਆਦੇ ਆ, ਉੱਥੇ 16 ਸਾਲ ਦਾ ਬੱਚਾ ਹੁੰਦਾ, ਨਾਲ ਹੀ ਉਹ ਬਾਹਰ ਭੱਜ ਦਿੰਦੇ। ਵੱਡੀਆਂ ਵੱਡੀਆਂ ਕੋਠੀਆਂ ਜਿਹੜੀਆਂ ਕਰੋੜਾਂ ਰੁਪਈਆਂ ਦੀਆਂ ਬਣਾਈਆਂ, ਉਹਨਾਂ ਨੂੰ ਜਿੰਦੇ ਲੱਗੇ ਹੋਏ, ਉਹਨਾਂ ਦੇ ਮਾਂ ਬਾਪ ਵੀ ਉੱਥੇ ਚੱਲ ਗਏ ਕਿਉਂਕਿ ਪੁਰਾਣੇ ਸਮੇਂ ਤੋਂ ਉਹ ਚੱਲ ਰਹੇ ਸੀ। ਹੁਣ ਵੀ ਸੁਲਤਾਨਪੁਰ ਲੋਧੀ ਦੇ ਵਿੱਚ ਵੀ ਕਾਫੀ ਲੋਕ 2 ਨੰਬਰ ਦੇ ਵਿੱਚ ਬਾਹਰ ਜਾ ਰਹੇ ਨੇ, ਸਟੂਡੈਂਟ ਵੀਜ਼ਾ ਲੈ ਕੇ ਬਾਹਰ ਜਾ ਰਹੇ ਨੇ, ਪਰ ਹਾਲਾਤ ਪੰਜਾਬ ਦੇ ਕਿਉਂ ਇਸ ਤਰ੍ਹਾਂ ਦੇ ਬਣ ਰਹੇ ਆ ਕਿ ਪੰਜਾਬ ਦੇ ਵਿੱਚ ਬੱਚਿਆਂ ਲਈ ਰੁਜ਼ਗਾਰ ਹੀ ਹੈ ਨੀ। ਸਰਕਾਰ ਜਿਹੜੀ ਰੁਜ਼ਗਾਰ ਪੈਦਾ ਕਰਨੀ ਨੀ ਚਾਹੁੰਦੀ, ਨਾ ਸੈਂਟਰ ਸਰਕਾਰ ਕਰਨੀ ਚਾਹੁੰਦੀ। ਇੱਥੇ ਕੰਮ ਕੀ ਆ, ਇੱਥੇ ਕੰਮ ਇਹ ਆ ਕਿ ਤੁਸੀਂ ਵਿਹਲੇ ਰਹੋ, ਧਰਨੇ ਲਾਓ, ਆਪਣੇ ਹੱਕ ਲਈ ਲੜੋ, ਚਾਹੇ ਹੱਕ ਲਈ ਲੜਦੇ ਹੋ ਤਾਂ ਰੇਲ ਗੱਡੀਆਂ ਬੰਦ ਕਰ ਦਿੱਤੇ ਆ, ਦੱਸੋ ਕੀ ਕਰੋਗੇ, ਹੱਕ ਵੀ ਨੀ ਲੈ ਸਕਦੇ ਹੁਣ ਤਾਂ, ਹੱਕ ਨੂੰ ਨੀ ਮਿਲਦੇ। ਫਿਰ ਦੇਖੋ ਬੱਚੇ ਜਿਹੜੇ ਕਮਾਈ ਕਰਨ ਲਈ ਤਾਂ ਅਕਸਰ ਬਾਹਰ ਕਹਿੰਦੇ ਸੀ ਮਰਦੇ ਨੇ ਅੱਕ ਚੱਬਿਆ, ਫਿਰ ਮਰਦਿਆਂ ਨੇ ਕੀ ਕਰਨਾ, ਕਿਸਾਨ 2 ਕਿੱਲੇ ਵੇਚ ਕੇ ਆਪਣੇ ਬੱਚੇ ਨੂੰ ਕਹਿੰਦਾ ਕਿ ਇੱਥੇ ਸਮੈਕ ਦੇ ਵਿੱਚ ਨਾ ਲੱਗ ਜਾਵੇ, ਨਸ਼ਿਆਂ ਦੇ ਵਿੱਚ ਨਾ ਲੱਗ ਜਾਵੇ, ਮਾੜੀ ਸੰਗਤ ਦੇ ਵਿੱਚ ਨਾ ਲੱਗ ਜਾਵੇ, ਉਹਨੂੰ ਬਾਹਰ ਭੇਜਦਾ। ਫਿਰ ਉੱਥੇ ਜਾ ਕੇ ਕੱਚੇ ਰਹਿੰਦੇ ਆ, ਉਸ ਤੋਂ ਬਾਅਦ ਪੱਕੇ ਪੇਪਰ 5, 7, 10 ਸਾਲ ਕਈਆਂ ਨੂੰ 20-20 ਸਾਲ ਹੋ ਗਏ ਗਿਆਂ ਨੂੰ, ਉਹਨਾਂ ਦੀਆਂ ਪਤਨੀਆਂ ਇੱਥੇ ਰੁਲਦੀਆਂ ਵਾ, ਉਹਨਾਂ ਦੇ ਬੱਚੇ ਇੱਥੇ ਰੁਲਦੇ, ਬਜ਼ੁਰਗ ਇੱਥੇ ਰੁਲਦੇ ਆ, ਫਿਰ ਕਿਸੇ ਦਾ 100 ਦੇ ਵਿੱਚੋਂ 10-15 ਦੇ ਵੀਜ਼ੇ ਲੱਗ ਜਾਂਦੇ ਚਲੇ ਜਾਂਦੇ, ਪਰ ਬਜ਼ੁਰਗ ਜਿਹੜੇ ਆ ਉਹ ਆਪਣੇ ਬੱਚਿਆਂ ਨੂੰ ਪਾਲਦੇ ਆ, ਵੱਡੇ ਕਰਦੇ ਆ, ਬੱਚਿਆਂ ਦਾ ਫਰਜ਼ ਬਣਦਾ ਤੇ ਉਹਨਾਂ ਦੀ ਵੀ
ਦੁਨੀਆਦਾਰੀ ਹੈ, ਅੱਗੇ ਵਧਣਾ ਤਾਂ ਜੇ ਤਰੱਕੀ ਕਰਨੀ ਅੱਗੇ ਵਧਣਾ, ਪਿੱਛਾ ਛੱਡਣਾ ਪੈਂਦਾ, ਫਿਰ ਤੁਸੀਂ ਪੁੱਠੇ ਨਹੀਂ ਮੁੜ ਸਕਦੇ, ਮਾਂ ਬਾਪ ਉੱਧਰ ਲਿਜਾ ਨਹੀਂ ਸਕਦੇ, ਹਾਂਜੀ ਨੌਕਰ ਵੀ ਰੱਖਦੇ ਹੋ, ਨੌਕਰ ਵੀ ਬੇਈਮਾਨ ਹੋ ਜਾਂਦੇ ਆ, ਉਹਨਾਂ ਨੂੰ ਐਂ ਹੁੰਦਾ ਪਤਾ ਨਹੀਂ ਬਜ਼ੁਰਗਾਂ ਕੋਲ ਕੀ ਪੈਸਾ, ਜੇ ਉਹਨਾਂ ਨੇ 200 ਰੁਪਈਆ ਕੱਢ ਕੇ ਜੇਬ 'ਚੋਂ ਦੇ ਤਾ ਵੀ ਕਾਕਾ ਸਮਾਨ ਲਾਇਆ ਤਾਂ ਉਹਦੀ ਉਦੋਂ ਨੀਤ ਫਿੱਟ ਜਾਂਦੀ ਹੈ। ਦਾਨੇਵਾਲ ਸਾਹਿਬ, ਬਜ਼ੁਰਗ ਦਰਅਸਲ ਹੁਣ ਦੇਖੋ, ਮਗਰ ਬਜ਼ੁਰਗਾਂ ਨੂੰ ਕੀ ਹੁੰਦਾ ਕਿ ਅਸੀਂ ਆਪਣੇ ਬੱਚਿਆਂ ਦਾ ਘਰ ਸੰਭਾਲੀਏ, ਠੀਕ ਹੈ ਨਾ। ਉਹ ਆਪਣੇ ਘਰ ਦੇ ਵਿੱਚ ਰਹਿੰਦੇ, ਕਿਸੇ ਦੇ ਨਾਲ ਉਹਨਾਂ ਦੀ ਦੁਸ਼ਮਣੀ ਨਹੀਂ ਸੀ, ਉਹਨਾਂ ਦੇ ਦੋਵੇਂ ਬੇਟੇ ਜਿਹੜੇ ਬੜੇ ਲਾਇਕ ਆ, ਇੱਕ ਮੈਡੀਕਲ ਦਾ ਕੰਮ ਕਰਦਾ ਸੀ, ਦੂਜਾ, ਪਰ ਉਹਨਾਂ ਦੇ ਨਾਲ ਪਤਾ ਨੀ ਕਿਸ ਬੰਦੇ ਦੀ ਰੰਜਿਸ਼ ਹੋਈ। ਇੱਕ ਬੇਟਾ ਇੱਥੇ ਰਹਿੰਦਾ ਸੀ ਸ਼ਹਿਰ ਦੇ ਵਿੱਚ, ਉਹਨੇ ਆਪਣਾ ਮਤਲਬ ਮੈਡੀਕਲ ਦਾ ਕੰਮ ਚਲਾ ਰਿਹਾ ਸੀਗਾ, ਤੇ ਮੈਡੀਕਲ ਦੇ ਵਿੱਚ ਜਿੱਦਾਂ ਰਾਤ ਨੂੰ 10-11 ਵੱਜਣੇ, ਇੱਕ ਮਾਹੌਲ ਇਸ ਤਰ੍ਹਾਂ ਦੇ ਆ, ਉਹਨੇ ਆਪਣਾ ਸ਼ਹਿਰ ਹੀ ਟਿਕਾਣਾ ਬਣਾ ਲਿਆ ਸੀਗਾ ਕਿ ਚਲੋ ਮੈਂ ਇੱਥੇ ਰਹਿ ਕੇ ਆਪਣਾ ਮਤਲਬ ਰੁਜ਼ਗਾਰ ਤਾਂ ਕਰਨਾ ਹੀ ਆ। ਦੂਸਰਾ ਬੇਟਾ ਉਹਨਾਂ ਦਾ ਵਿਦੇਸ਼ ਸੀਗਾ ਜੀ, ਸੁਲਤਾਨਪੁਰ ਲੋਧੀ ਦਾ ਇੱਕ ਬਾਰਡਰ ਵਾ, ਜਿੱਥੇ ਕਿ ਜਲੰਧਰ ਦਾ ਹੱਦ ਲੱਗ ਜਾਂਦੀ ਆ, ਦੂਜੇ ਪਾਸੇ ਕਪੂਰਥਲੇ ਦੀ ਹੱਦ ਲੱਗ ਜਾਂਦੀ ਆ, ਪਿੰਡ ਇੱਕ ਪਾਸੇ ਮਾਨਕਪੁਰਾ, ਦੂਜੇ ਪਾਸੇ ਫਰੀਸਰਾ ਵਾ। ਜਦੋਂ ਕਿ ਉੱਥੇ ਫਰੀਸਰਾ ਐਨ ਜਿਹੜੀ ਸੜਕ ਵਾ ਜਲੰਧਰ ਵਾਲੀ, ਉਹਦੇ ਉੱਤੇ ਇੱਕ ਟਰੱਕ ਟਰਾਲੀਆਂ ਦੇ ਵਿੱਚ, ਦੋ ਟਰਾਲੀਆਂ ਦੇ ਵਿੱਚ ਜਿਹੜਾ ਝੋਨਾ ਢੇਰੀ ਕਰ ਰਿਹਾ ਸੀਗਾ। ਅੱਛਾ ਅੱਛਾ, ਖੋਲ ਕੇ ਪਾ ਰਿਹਾ ਸੀ, ਉਹ ਖੋਲ ਕੇ ਪਾ ਰਿਹਾ ਸੀਗਾ, ਔਰ ਉਹ ਜਿਹੜਾ ਬਾਰਦਾਨਾ ਸੀਗਾ ਉਹ ਯੂਪੀ ਦਾ ਸੀ। ਅੱਛਾ, ਤੇ ਜਦੋਂ ਯੂਪੀ ਦਾ ਸੀ, ਕਿਸਾਨ ਅੱਗੇ ਅੱਕੇ ਹੋਏ, ਥੱਕੇ ਹੋਏ ਸਰਕਾਰਾਂ ਤੋਂ, ਉਹਨਾਂ ਨੇ ਦੇਖਿਆ ਕਿ ਇਹ ਜਿਹੜਾ ਬੋਰੀਆਂ ਦੇ ਵਿੱਚੋਂ ਝੋਨਾ ਕਿਉਂ ਨਿਕਲ ਰਿਹਾ। ਕਿਸੇ ਨੂੰ ਸੂਹ ਮਿਲੀ, ਕਿਸਾਨ ਸੰਘਰਸ਼ ਕਮੇਟੀ ਨੇ ਮਾਨਕਪੁਰ ਦੇ ਕੁਝ ਬੰਦਿਆਂ ਨੇ, ਜਲੰਧਰ ਦੇ ਸੀਗੇ, ਉਹਨਾਂ ਨੇ ਜਲੰਧਰ ਦੀ ਪੁਲਿਸ ਸੱਦ ਲਈ, ਜਲੰਧਰ ਲੋਹੀਆਂ ਦੇ ਵਿੱਚ, ਉਹਨਾਂ ਨੇ ਕਿਹਾ ਕਿ ਇਹ ਸਾਡੀ ਹੱਦ ਨੀ ਬਣਦੀ, ਇੱਥੇ ਜੀ ਮਤਲਬ ਜਿੱਦਾਂ 10 ਫੁੱਟ ਇੱਧਰ ਜਾਂ 20 ਫੁੱਟ ਇੱਧਰ, ਇਹ ਜੀ ਹੱਦ ਬਣਦੀ ਆ ਸੁਲਤਾਨਪੁਰ ਲੋਧੀ ਦੀ, ਕਪੂਰਥਲੇ ਜ਼ਿਲ੍ਹੇ ਦੀ। ਉੱਥੇ ਪੁਲਿਸ ਚੱਲ ਗਈ ਫਿਰ ਸੁਲਤਾਨਪੁਰ ਲੋਧੀ ਦੀ। ਅੱਛਾ ਜੀ, ਪੁਲਿਸ ਨੇ, ਕਿਸਾਨ ਸੰਘਰਸ਼ ਕਮੇਟੀ ਨੇ ਲਿਖਤੀ ਬਿਆਨ ਬੰਦ ਕਰਕੇ ਦੋ ਟਰਾਲੀਆਂ ਤੇ ਇੱਕ ਟਰੱਕ ਜਿਹੜਾ ਵਾ, ਜਿਹਦੇ ਵਿੱਚ ਯੂਪੀ ਦਾ ਪੰਜਾਬ ਦਾ ਮਿਕਸ ਬਾਰਦਾਨਾ ਸੀਗਾ, ਕੋਈ SHO ਦੇ ਮੁਤਾਬਕ ਮਿਕਸ ਬਾਰਦਾਨਾ ਸੀ, ਉਹ ਟਰੱਕ ਜਿਹੜਾ ਹਵਾਲੇ ਕਰ ਦਿੱਤਾ, ਟਰੱਕ ਠਾਣੇ ਆ ਗਿਆ, ਟਰਾਲੀਆਂ ਵੀ ਠਾਣੇ ਆ ਗਿਆ। ਉਸ ਤੋਂ ਬਾਅਦ ਕੀ ਜਾਣੇ, ਮਤਲਬ ਪੰਜਾਬ ਦੇ ਵਿੱਚ ਇਹ ਹੈ ਕਿ ਅੰਨੀ ਪੀਵਤ ਕੁੱਤਾ ਚੱਟੇ, ਇਹ ਗੱਲ ਆ। SHO ਨੇ ਮਾਰਕੀਟ ਕਮੇਟੀ ਨੂੰ ਇਤਲਾਹ ਦੇ ਤੀ ਕਿ ਹਾਂਜੀ ਇਹ ਮਸਲਾ ਤੁਹਾਡਾ ਵਾ ਜੀ, ਕੀ ਗੱਲਬਾਤ, ਹਾਂਜੀ ਆਓ। ਮਾਰਕੀਟ ਕਮੇਟੀ ਵਾਲੇ ਵੀ ਅੱਜ ਕੱਲ ਤੁਹਾਨੂੰ ਪਤਾ ਹੀ ਆ, ਮਾਰਕੀਟ ਕਮੇਟੀ ਸਰਕਾਰਾਂ ਦੇ ਜੀ ਨੀਤਾਂ ਦੇ ਭਰੇ ਬੰਦੇ ਨੇ। ਬਿਲਕੁਲ, ਉਹਨਾਂ ਨੇ ਚਿੱਠੀ ਕੱਢ ਦਿੱਤੀ ਕਿ ਹਾਂਜੀ ਇਹਦਾ ਸਾਨੂੰ ਵਸੂਲੀ ਦਿੱਤਾ ਜਾਵੇ, ਬਾਹਰ ਦਾ ਨਾ ਯੂਪੀ ਦਾ ਹੋਵੇ। ਇੱਕ ਮਤਲਬ ਪਹਿਲੀ ਗੱਲ ਤੇ ਇਹ ਆ ਕਿ ਉਹਦੇ ਵਿੱਚ ਬੋਰੀਆਂ ਦੇ ਵਿੱਚ ਭਰਿਆ ਕਿਉਂ। ਅੱਛਾ, ਉਸ ਤੋਂ ਬਾਅਦ ਵਿੱਚ 2 ਦਿਨ ਬਾਅਦ ਜਦੋਂ ਸੰਘਰਸ਼ ਕਮੇਟੀ ਥਾਣੇ ਪਹੁੰਚੀ ਤੇ ਉਹਨਾਂ ਨੇ ਉੱਥੇ ਮੀਡੀਆ ਨੂੰ ਸੱਦਿਆ, ਤੇ ਮੀਡੀਆ ਦੇ ਵਿੱਚ ਸਾਹਮਣੇ ਬਿਆਨ ਦਿੱਤੇ ਕਿ ਸਾਡੇ ਅਸੀਂ ਇੱਕ ਟਰੱਕ ਬਾਰਦਾਨਾ ਯੂਪੀ ਦਾ ਉਹਦੇ ਤੇ ਮਾਰਕਾ। ਬਿਲਕੁਲ ਬਿਲਕੁਲ, ਗੱਲ ਸੁਣੀ ਹੈ, ਬਿਲਕੁਲ, ਧੰਨਵਾਦ ਤੁਹਾਡਾ ਚਰਨਜੀਤ ਜੀ। ਸਮਾਂ ਇਜਾਜ਼ਤ ਨਹੀਂ ਦਿੰਦਾ, ਨਹੀਂ ਤਾਂ ਇੱਥੇ ਅੱਗੇ ਹੋਰ ਚਲਾਉਂਦੇ ਗੱਲ ਨੂੰ, ਮੈਂ ਸਮਝ ਗਿਆ ਕਿ ਸਾਰਾ ਕੁਝ ਬੋਲ ਬਾਲ ਮਤਲਬ ਅੰਨੀ ਪੀਵੇ ਕੁੱਤਾ ਚੱਟਾ, ਇਹ ਗੱਲ ਵਾ ਕਿ ਕਿਸਾਨਾਂ ਨੂੰ ਵੀ ਜਿਹੜੇ ਅੰਨ ਦਾ ਤਾਂ ਦੇਸ਼ ਦਾ ਨਾ, ਉਹਨੂੰ ਵੀ ਹੱਕ ਦੇਣੇ ਸਰਕਾਰਾਂ ਨੂੰ ਬੜੇ ਔਖੇ ਲੱਗਦੇ, ਜਿਹੜਾ ਸਾਰੀ ਦੁਨੀਆ ਦਾ ਢਿੱਡ ਭਰਦਾ ਜੀ। ਮਿਹਰਬਾਨੀ ਜੀ, ਮਿਹਰਬਾਨੀ, ਧੰਨਵਾਦ। ਓਕੇ, ਧੰਨਵਾਦ ਸਾਹਿਬ। ਸੋ ਪ੍ਰੋਗਰਾਮ ਨੂੰ ਸਮਾਪਤ ਕਰਨ ਜਾਣ ਦੀ ਤੁਹਾਡੇ ਤੋਂ ਆਗਿਆ ਲੈਣਾ, ਧੰਨਵਾਦ ਜੀ, ਮਿਹਰਬਾਨੀ।